ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦੀਪਕ ਕੁਮਾਰ ਅਰੋੜਾ ਕਲਾਸਸ ਦੇ ਆਨਲਾਈਨ ਪਲੇਟਫਾਰਮ ਦੇਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਆਪਾਂ ਕਰਨ ਜਾ ਰਹੇ ਦਾ ਹਿੰਦੂ ਨਿਊਜ਼ਪੇਪਰ ਠੀਕ ਹੈ ਤੇ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਦਾ ਹਿੰਦੂ ਨਿਊਜ਼ਪੇਪਰ ਦੀਆਂ ਮੇਨ ਮੇਨ ਖਬਰਾਂ ਓਕੇ ਤੇ ਸ਼ੁਰੂ ਕਰ ਦਈਏ ਜੀ ਪਹਿਲੀ ਖਬਰ ਕੀ ਹੈਗੀ ਆ ਹਾਂਜੀ ਪਹਿਲੀ ਜਿਹੜੀ ਖਬਰ ਹੈਗੀ ਆ ਬੋਰਡੋ ਲੈਂਡ ਨੂੰ ਲੈ ਕੇ ਆ ਹੁਣ ਬੋਰਡੋ ਲੈਂਡ ਕੀ ਹੈਗਾ ਇਹਦਾ ਕੀ ਇਸ਼ੂ ਹੈ ਓਕੇ ਇਹ ਆਪਾਂ ਡਿਸਕਸ ਕਰਦੇ ਆਂ ਗਿਆ ਤਾਂ ਦੇਖੋ ਪਹਿਲਾਂ ਬੋਰਡੋ ਲੈਂਡ ਦੱਸਣ ਤੋਂ ਪਹਿਲਾਂ ਥੋੜੀ ਮੈਂ ਇਹਨੂੰ ਬੈਕਗ੍ਰਾਉਂਡ ਕਹਾਣੀ ਦੱਸ ਦਵਾਂ ਕੀ ਹੈ ਤੁਹਾਨੂੰ ਪਤਾ ਹੀ ਹੋਊਗਾ ਵੀ ਆਪਣੇ ਇੱਥੇ ਯਾਨਕਿ 28 ਸਟੇਟਸ ਹੈਗੀਆਂ ਨੇ 28 ਸਟੇਟ ਹੈਗੀਆਂ ਹੁਣ ਇੰਨਾ ਸਟੇਟਾਂ ਦੇ ਵਿੱਚੋਂ ਵੀ ਕਈ ਸਟੇਟਾਂ ਇਹੋ ਜਿਹੀਆਂ ਨੇ ਜਿੱਥੇ ਅਲੱਗ ਸਟੇਟ ਦੀ ਡਿਮਾਂਡ ਹੁੰਦੀ ਸੀ ਜਿਵੇਂ ਦੇਖੋ ਤੁਹਾਨੂੰ ਪਤਾ ਹੋਊਗਾ ਆਂਧਰਾ ਪ੍ਰਦੇਸ਼ ਦੇ ਵਿੱਚੋਂ ਦੀ ਤਲੰਗਾਨਾ ਅਡਡ ਕਰ ਦਿੱਤਾ ਤਲੰਗਾਨਾ ਵਾਲੇ ਪਤਾ ਨਹੀਂ ਕਿੰਨੇ ਸਾਲਾਂ ਦੇ ਲੱਗੇ ਪਏ ਸੀ ਅਲੱਗ ਤਲੰਗਾਨਾ ਬਣਾਉਣਾ ਅਲੱਗ ਤਲੰਗਾਨਾ ਬਣਾਉਣਾ ਐਦਾਂ ਹੀ ਯਾਨਕਿ ਇਸ ਤੋਂ ਇਲਾਵਾ ਜਿਵੇਂ ਕਿ ਪੱਛਮੀ ਬੰਗਾਲ ਦੇ ਵਿੱਚ ਇੱਕ ਹੋਰ ਸਟੇਟ ਬਣਾਉਣ ਨੂੰ ਫਿਰਦੇ ਉਹ ਕਿਹੜੇ ਹੈਗੇ ਗੋਰਖਾ ਲੈਂਡ ਗੋਰਖਾ ਲੈਂਡ ਵਾਲੇ ਕਹਿੰਦੇ ਕਿ ਅਲੱਗ ਗੋਰਖਾ ਲੈਂਡ ਸਟੇਟ ਬਣਾਓ ਅਲੱਗ ਗੋਰਖਾ ਲੈਂਡ ਸਟੇਟ ਬਣਾਓ ਐਦਾਂ ਹੀ ਅਸਾਮ ਦੇ ਵਿੱਚ ਇੱਕ ਗਰੁੱਪ ਹੈਗਾ ਬੋਡੋ ਠੀਕ ਹੈ ਕਿ ਨਹੀਂ ਬੋਡੋ ਵਾਲੇ ਕੀ ਕਹਿੰਦੇ ਇੱਕ ਅਲੱਗ ਬੋਡੋ ਲੈਂਡ ਸਟੇਟ ਬਣਾਓ ਠੀਕ ਹੈ ਉਹ ਕੀ ਕਹਿੰਦੇ ਦੇਖੋ ਨੋ ਐਕਸਕਿਊਜ਼ ਕ੍ਰੀਏਟ ਸੈਪਰੇਟ ਸਟੇਟ ਬੋਡੋ ਲੈਂਡ ਇੱਕ ਨਵੀਂ ਸਟੇਟ ਬਣਾਓ ਤੇ ਉਹ ਸਟੇਟ ਦਾ ਜਿਹੜਾ ਨਾਮ ਹੋਊਗਾ ਉਹ ਕੀ ਹੋਊਗਾ ਬੋਡੋ ਲੈਂਡ ਠੀਕ ਹੈ ਇਹ ਇਹ ਇਹਨਾਂ ਦੀ ਮੰਗ ਹੈਗੀ ਆ ਹੁਣ ਇਹ ਅਖੀਰਕਾਰ ਇਹ ਕਿਉਂ ਅਲੱਗ ਮੰਗ ਕਰ ਜਾਂਦੇ ਇਹਨਾਂ ਦੇ ਪਿੱਛੇ ਦੀ ਕਹਾਣੀ ਕੀ ਹੈਗੀ ਆ ਦੇਖੋ ਜਿਹੜੇ ਬੋਡੋ ਲੈਂਡ ਯਾਨਕੀ ਸੌਰੀ ਅਸਾਮ ਦੇ ਵਿੱਚ ਜਿਹੜੇ ਰਹਿੰਦੇ ਨੇ ਲੋਕ ਠੀਕ ਹੈ ਇਹ ਜਿਹੜੇ ਲੋਕ ਆ ਇਹ ਚਾਈਨੀਜ਼ ਯਾਨਕੀ ਚਾਇਨਾ ਤੋਂ ਆਏ ਹੋਏ ਜਾਂ ਫਿਰ ਮੰਗੋਲੀਆ ਮੰਗੋਲੀਆ ਤੋਂ ਆਏ ਹੋਏ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇੱਥੇ ਆ ਕੇ ਵਸੇ ਹੋਏ ਲੋਕ ਆ ਈਵਨ ਸਭ ਤੋਂ ਪੁਰਾਣੇ ਇੱਥੇ ਆ ਕੇ ਅਸਾਮ ਦੇ ਵਿੱਚ ਰਹਿਣ ਵਾਲੇ ਇਹੀ ਲੋਕ ਹੈਗੇ ਆ ਹੁਣ ਇਹ ਇਹ ਐਕਚੁਅਲੀ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਨਹੀਂ ਸੀ ਬਟ ਪ੍ਰੋਬਲਮ ਕਿੱਥੋਂ ਕ੍ਰੀਏਟ ਹੋਈ ਜਿਵੇਂ ਦੇਖੋ ਅਲੱਗ ਦੇਸ਼ ਬਣਿਆ ਬੰਗਲਾਦੇਸ਼ ਠੀਕ ਹੈ ਕਿ ਨਹੀਂ ਪਹਿਲਾਂ ਤਾਂ ਪਾਕਿਸਤਾਨ ਹੀ ਬਣਿਆ ਸੀ ਪੂਰਬੀ ਪਾਕਿਸਤਾਨ ਪੱਛਮੀ ਪਾਕਿਸਤਾਨ ਐਕਚੁਅਲੀ ਇਹ ਜਿਹੜਾ ਯਾਨਕੀ ਬੰਗਲਾਦੇਸ਼ ਹੈ ਇੱਥੋਂ ਤੋਂ ਨਾ ਅਸਾਮ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਜਿਹੜੇ ਬੰਗਲਾਦੇਸ਼ੀ ਆ ਉਹ ਜਾਂਦੇ ਰਹੇ ਗਿਆ ਤੇ 1971 ਤੋਂ ਬਾਅਦ ਜਦੋਂ ਯਾਨਕੀ ਇੱਥੇ ਕਾਫੀ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਗਈ ਸੀ ਯਾਨਕੀ ਇਸ ਪਾਕਿਸਤਾਨ ਨੇ ਇੱਥੇ ਪ੍ਰੋਬਲਮ ਕ੍ਰੀਏਟ ਕਰਤੀ ਤਾਂ ਐਵੇਂ ਮੰਨ ਕੇ ਚਲੋ ਅਸਾਮ ਵਾਲੇ ਪਾਸੇ ਤਾਂ ਖੜਾ ਆ ਗਿਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੋਡੋ ਲੋਕ ਹੈਗੇ ਆ ਇਹ ਕੀ ਕਹਿਣ ਲੱਗੇ ਕਿ ਕਿਵੇਂ ਵੀ ਕਰਕੇ ਭਾਈ ਸਾਨੂੰ ਤਾਂ ਅਲੱਗ ਇੱਕ ਸਟੇਟ ਬਣਾ ਦੋ ਤੇ ਜਿਹੜਾ ਬਾਹਰੋਂ ਆਊਗਾ ਨਾ ਅਸੀਂ ਉਸ ਨੂੰ ਵਿਦਆਊਟ ਪਰਮਿਟ ਯਾਨੀ ਕਿ ਕੋਈ ਕੰਮ ਨਹੀਂ ਕਰਨ ਦਵਾਂਗੇ ਠੀਕ ਹੈ ਇੱਥੇ ਇੰਨੇ ਜਾਰੇ ਬਾਹਰੋਂ ਆ ਗਏ ਸਾਡਾ ਤਾਂ ਕਲਚਰ ਹੀ ਖਤਮ ਹੋ ਜਾਊਗਾ ਸਾਡੀ ਤਾਂ ਜਿਹੜੀ ਭਾਸ਼ਾ ਉਹੀ ਖਤਮ ਹੋ ਜਾਊਗੀ ਤੇ ਸਾਨੂੰ ਯਾਨੀ ਕਿ ਅਲੱਗ ਸਟੇਟ ਬਣਾਓ ਉਸ ਤੋਂ ਬਾਅਦ ਦੇ ਵਿੱਚ ਇਹ ਇਨসারਜੈਂਸੀ ਕ੍ਰੀਏਟ ਕਰਦੀ ਹੀ ਰਹੇ ਤਾਂ ਭਾਰਤ ਦੀ ਸਰਕਾਰ ਨੇ ਇਹਨਾਂ ਨਾਲ ਦੋ ਦਿਨ ਐਗਰੀਮੈਂਟ ਵੀ ਕੀਤੇ ਆ ਠੀਕ ਹੈ ਹੁਣ ਦੇਖੋ ਇਹਨਾਂ ਨਾਲ ਤਿੰਨ ਐਗਰੀਮੈਂਟ ਹੋਏ ਹੋਏ ਹੈਗੇ ਆ ਇਹ ਤਿੰਨ ਐਗਰੀਮੈਂਟ ਪਹਿਲਾ ਐਗਰੀਮੈਂਟ ਹੋਇਆ 1993 ਦੇ ਵਿੱਚ ਤੇ ਦੂਜਾ ਐਗਰੀਮੈਂਟ ਹੋਇਆ 2003 ਦੇ ਵਿੱਚ ਬੋਡੋ ਤਿੱਬਤ ਤਿੱਬਤ ਨਹੀਂ ਬੋਡੋ ਲਿਬਰੇਸ਼ਨ ਟਾਈਗਰਸ ਤੇ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਹੁਣ ਜਦੋਂ ਸੈਕੰਡ ਐਗਰੀਮੈਂਟ ਹੋਇਆ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਸਰਕਾਰ ਨੇ ਬੋਡੋ ਲੈਂਡ ਟੈਰੀਟੋਰੀਅਲ ਕੌਂਸਲ ਬਣਾ ਦਿੱਤੀ ਯਾਨਕਿ ਬੀਟੀਸੀ ਤੇ ਇਹਦੇ ਅੰਡਰ ਦੇ ਵਿੱਚ ਚਾਰ ਚਾਰ ਡਿਸਟ੍ਰਿਕਟ ਰੱਖ ਦਿੱਤੀਆਂ ਚਾਰ ਡਿਸਟ੍ਰਿਕਟ ਹੁਣ ਦੇਖੋ ਇਹਦਾ ਬਣਾਉਣ ਦਾ ਕਾਰਨ ਕੀ ਸੀਗਾ ਬੋਰਡਰ ਟੈਰੀਟਰੀਅਲ ਏਰੀਆ ਡਿਸਟ੍ਰਿਕਟ ਬਣਾ ਦਿੱਤੀ ਤੇ ਇਹਨੂੰ 6th ਸ਼ੈਡਿਊਲ ਦੇ ਵਿੱਚ ਰੱਖ ਦਿੱਤਾ ਇਹਦਾ ਕੀ ਮਤਲਬ ਹੈ ਦੇਖੋ 6ਵੇਂ ਸੂਚੀ ਦੇ ਵਿੱਚ ਇਹਨੂੰ ਬੋਰਡਰ ਨੂੰ ਰੱਖ ਦਿੱਤਾ ਹੁਣ ਇਹਨਾਂ ਨੂੰ 6ਵੀਂ ਸੂਚੀ ਦੇ ਵਿੱਚ ਰੱਖ ਦਿੱਤਾ ਇਸ ਦਾ ਕੀ ਮਤਲਬ ਹੈ ਕਿ ਇਹਨਾਂ ਨੂੰ ਆਟੋਨੋਮਸ ਦੇ ਦਿੱਤੀ ਮੰਨ ਕੇ ਚੱਲੋ ਕੋਈ ਸੈਂਟਰ ਵਾਲਾ ਕਾਨੂੰਨ ਬਣਦਾ ਨਾ ਤੇ ਕੋਈ ਇਸ ਇੱਥੇ ਲਾਗੂ ਹੋਗਾ ਤਾਂ ਪਹਿਲਾਂ ਇਹਨਾਂ ਤੋਂ ਪ੍ਰੋਪਰ ਪੁੱਛਿਆ ਜਾਊਗਾ ਜਿਨ੍ਹਾਂ ਨੇ ਕਹਿਤਾ ਕਿ ਲਾਗੂ ਕਰੋ ਫਿਰ ਤਾਂ ਲਾਗੂ ਹੋਊਗਾ ਨਹੀਂ ਤਾਂ ਇਹਨਾਂ ਦੀ ਚੱਲੂਗੀ ਯਾਨੀ ਕਿ ਕੁੱਲ ਮਿਲਾ ਕੇ ਇਹਨਾਂ ਨੂੰ ਆਪ ਦੇ ਹੀ ਸਟੇਟ ਦੇ ਰਾਜੇ ਬਣਾ ਦਿੱਤਾ ਬਟ ਹਜੇ ਤੱਕ ਵੀ ਇਹ ਖੁਸ਼ ਹੈ ਨਹੀਂ ਸੀਗੇ ਇਹ ਹੋਰ ਵੀ ਬਹੁਤ ਜ਼ਿਆਦਾ ਕੁਝ ਚਾਹੁੰਦੇ ਸੀਗੇ ਤਾਂ ਤੀਜਾ ਅਕਾਡ ਕਰੋ ਹੋਇਆ 2020 ਦੇ ਵਿੱਚ ਅਮਿਤ ਸ਼ਾਹ ਨੇ ਤੀਸਰਾ ਅਕਾਡ ਵੀ ਉਹ ਕਰ ਲਿਆ ਇਹ ਕਹਿੰਦੇ ਕਿ ਜੇ ਕੋਈ ਬਾਹਰੋਂ ਆਂਦਾ ਹੈ ਤਾਂ ਉਹਨੂੰ ਪਰਮਿਟ ਜਿਹੜਾ ਹੈਗਾ ਉਹ ਐਵੇਂ ਨਹੀਂ ਮਿਲੂਗਾ ਪਰਮਿਟ ਸਾਡੇ ਤੋਂ ਪੁੱਛ ਕੇ ਕੰਮ ਕਰਨ ਦਾ ਮਿਲੂਗਾ ਐਵੇਂ ਨਹੀਂ ਅਸੀਂ ਪਰਮਿਟ ਦਿੰਦੇ ਉਦੋਂ ਬਾਅਦ ਦੇ ਵਿੱਚ ਫਾਈਨਲੀ ਥੋੜੇ ਬੋਤੇ ਸ਼ਾਂਤ ਹੋਏ ਸੀਗੇ ਬਟ ਹੁਣ ਕੱਲ ਦੀ ਖਬਰ ਦੇਖੋ ਠੀਕ ਹੈ ਹੁਣ ਇਹ ਕੱਲ ਦੀ ਕੀ ਖਬਰ ਹੈਗੀ ਆ ਕਿ ਇਹ ਜਿਹੜੇ ਹੈਗੇ ਬੋਡੋਲੈਂਡ ਵਾਲੇ ਇਹਨਾਂ ਨੇ ਨਵਾਂ ਗਰੁੱਪ ਬਣਾ ਲਿਆ ਨਿਊ ਗਰੁੱਪ ਟੂ ਰਿਵਾਈ ਬੋਡੋਲੈਂਡ ਮੂਵਮੈਂਟ ਇਹ ਕਹਿੰਨਾ ਕਿ ਫੇਰ ਬੋਡੋਲੈਂਡ ਚੱਲੂਗੀ ਯਾਨੀ ਕਿ ਇਹ ਜਿਹੜੇ ਲੋਕ ਹੈ ਚੁੱਪ ਕਰਕੇ ਬੈਠਣ ਵਾਲੇ ਹੈ ਨਹੀਂ ਠੀਕ ਹੈ ਇਹ ਐਕਚੁਅਲੀ ਚਾਰ ਇੱਥੇ ਹੈਗੇ ਡਿਸਟ੍ਰਿਕਟ ਬਣਾ ਰਖੇ ਇਹਨਾਂ ਨੇ ਆਪਣੀ ਛੋਟੀ ਛੋਟੀ ਜਿਹੜੀ ਹੈਗੇ ਕਕਰਾ ਜਹਰ ਚਿਰੰਗ ਬਕਸਾ ਉਦੇ ਉਦਲਗੁਰੀ ਇਹਨਾਂ ਚਾਰਾਂ ਦੇ ਵਿੱਚ ਜਿਹੜਾ ਯਾਨਕੀ ਉਹ 6 ਸ਼ੈਡਿਊਲ ਉਹ ਲਾਗੂ ਹੋਇਆ ਪਿਆ ਹੈਗਾ ਛੇਵੀਂ ਸੂਚੀ ਤੇ ਇਹ ਆਪ ਦੀ ਇਸ ਯਾਨਕੀ ਟੈਰੀਟਰੀ ਦੇ ਵਿੱਚ ਰਾਜੇ ਨੇ ਇੱਕ ਤਰ੍ਹਾਂ ਦੇ ਬਟ ਫਿਰ ਵੀ ਇਹਨਾਂ ਦੀ ਅਲੱਗ-ਅਲੱਗ ਯਾਨਕੀ ਡਿਮਾਂਡਾਂ ਉੱਠਦੀਆਂ ਹੀ ਰਹਿੰਦੀਆਂ ਨੇ ਕਿ ਨੋ ਐਕਸਕਿਊਜ਼ ਸਿੱਧਾ-ਸਿੱਧਾ ਬੋਡੋ ਲੈਂਡ ਬਣਾਓ ਈਵਨ ਇੱਥੇ ਕਾਫੀ ਜ਼ਿਆਦਾ ਲੋਕ ਧਰਨਾ ਪ੍ਰਦਰਸ਼ਨ ਕਰਦੇ ਹੀ ਰਹਿੰਦੇ ਆ ਬੋਡੋ ਲੈਂਡ ਟੈਰੀਟੋਰੀਅਲ ਆਟੋਨਮਸ ਡਿਸਟ੍ਰਿਕਟ ਸੋᱱੋ ਕੁਐਸਚਨ ਕਿਸ ਤਰ੍ਹਾਂ ਦੇ ਆ ਸਕਦੇ ਆ ਦੇਖੋ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਨਾ ਬੱਚਿਆਂ ਨੂੰ ਐਂ ਜ਼ਰੂਰ ਰਹਿੰਦਾ ਕਿ ਸਾਨੂੰ ਕੁਐਸਚਨ ਕਿਵੇਂ ਆਉਣਗੇ ਪਹਿਲੀ ਗੱਲ ਤੁਹਾਨੂੰ ਪੁੱਛ ਲੈਣ ਜਿਹੜੇ ਬੋਡੋ ਪੀਪਲ ਐ ਠੀਕ ਐ ਕਿ ਨਹੀਂ ਕਿੱਥੋਂ ਦੇ ਹੈਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਿਹੜੇ ਸਟੇਟ ਦੇ ਰਹਿਣ ਵਾਲੇ ਆ ਅਸਾਮ ਦੇ ਓਕੇ ਉਹਦੋਂ ਬਣ ਕੇ ਬੋਡੋ ਲੈਂਗੁਏਜ ਜਿਹੜੀ ਹੈਗੀ ਆ ਕਿਹੜੀ ਸਟੇਟ ਦੀ ਲੈਂਗੁਏਜ ਹੈਗੀ ਆ ਤਾਂ ਤੁਹਾਨੂੰ ਕੀ ਪਤਾ ਲੱਗੂਗਾ ਇਹ ਤਾਂ ਭਾਈ ਅਸਾਮ ਦੀ ਹੈ ਠੀਕ ਐ ਓਦੋਂ ਬਾਅਦ ਦੇ ਵਿੱਚ ਛੇਵੀਂ ਸੂਚੀ ਛੇਵੀਂ ਸੂਚੀ 6 ਸ਼ੈਡਿਊਲ ਦੇ ਵਿੱਚ ਕੀ ਆਉਂਦਾ ਹੈਗਾ ਇਹਦੇ ਵਿੱਚ ਯਾਨੀ ਕਿ ਜਿਹ ਅਧਿਕਾਰ ਦੇ ਦਿੱਤੇ ਜਾਂਦੇ ਹੈਗੇ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਵਿੱਚ ਕੀ ਹੁੰਦਾ ਸਪੈਸ਼ਲ 6ਵੀਂ ਸੂਚੀ ਵੀ ਲਾਗੂ ਹੁੰਦੀ ਹੈ ਠੀਕ ਹੈ ਤੇ ਉਦੋਂ ਬੜ ਕੇ ਇਹ ਜੇ ਕਾਫੀ ਕੁਸ਼ਨ ਇਸ ਤੋਂ ਬਣ ਸਕਦੇ ਗਿਆ ਤੇ ਹੁਣ ਉਦੋਂ ਬੜ ਕੇ 3rd ਅਕੋਰਡ ਪੁੱਛਿਆ ਜਾ ਸਕਦਾ ਹੈ ਜਿਹੜਾ ਪਿੱਛੇ ਜੇ ਅੰਮਿਤ ਸ਼ਾਹ ਤੇ ਬੋਡੋਲੈਂਡ ਜਿਹੜੇ ਲੋਕ ਹੈਗੇ ਉਹਨਾਂ ਦੇ ਵਿੱਚ ਹੋਇਆ ਸੀਗਾ ਠੀਕ ਹੈ ਹੁਣ ਆਪਾਂ ਅਗਲੀ ਖਬਰ ਦੇਖਦੇ ਹਾਂ ਹੁਣ ਆ ਦੇਖੋ ਇਹ ਹੈਗਾ ਅਸਾਮ ਅਸਾਮ ਦੇ ਵਿੱਚ ਯਾਨੀ ਕਿ ਬੋਡੋਲੈਂਡ ਪ੍ਰਵਾਸੀ ਰਹਿੰਦੇ ਹੈਗੇ ਠੀਕ ਹੈ ਕਿ ਨਹੀਂ ਵੈਸੇ ਇਤੋਂ ਦੀ ਹੈਗੇ ਪ੍ਰਵਾਸੀ ਤਾਂ ਕਿਉਂ ਹੈ ਇਹ ਹਾਂਜੀ ਅਗਲੀ ਖਬਰ ਦੇਖਦੇ ਆਪਾਂ ਦੇਖੋ ਹੰਗਰ ਇੰਡੈਕਸ ਐਮਾਨੇ ਕਿ ਚੱਲੋ ਵੀ ਹੁਣ ਹੰਗਰ ਇੰਡੈਕਸ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਆਈ ਹੈ ਤੇ ਇਸ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਇੰਡੀਆ ਦਾ ਜਿਹੜਾ ਯਾਨਕੀ ਪੋਜੀਸ਼ਨ ਹੈ ਉਹ ਬੜੀ ਜਿਆਦਾ ਬੇਕਾਰ ਆਈ ਹੈਗੀ ਹੈ ਹੁਣ ਤੁਸੀਂ ਕਹੋਗੇ ਕਿ ਹਾਂ ਵੀ ਇੰਡੀਆ ਦੀ ਜਿਹੜੀ ਪੋਜੀਸ਼ਨ ਹੈ ਇੰਨੀ ਬੇਕਾਰ ਕਿਉਂ ਆਈ ਹੈਗੀ ਇਹਦੇ ਪਿੱਛੇ ਦਾ ਕਾਰਨ ਕੀ ਹੈਗਾ ਠੀਕ ਹੈ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਜਿਹੜਾ ਯਾਨਕੀ ਗਲੋਬਲ ਯਾਨਕੀ ਹੰਗਰ ਇੰਡੈਕਸ ਰਿਲੀਜ਼ ਹੋਇਆ ਪੂਰੀ ਦੁਨੀਆ ਵਿੱਚ ਉਹ ਦਿਖਾ ਦਵਾਂ ਠੀਕ ਹੈ ਤਾਂ ਆ ਦੇਖੋ ਪਹਿਲਾਂ ਤਾਂ ਤੁਸੀਂ ਦੇਖੋ ਇਸ ਦੇ ਵਿੱਚ ਕੰਡੀਸ਼ਨ ਕੀ ਆ ਪਹਿਲੀ ਗੱਲ ਤਾਂ ਆ ਅਮਰੀਕਾ ਇਹ ਕੈਨੇਡਾ ਕਨੁਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਇਹ ਬੈਸਟਰਨ ਕੰਟਰੀ ਤਾਂ ਐਸੀ ਪਾਰਟਿਸਪੇਟ ਹੀ ਨਹੀਂ ਕਰਦੇ ਉਹ ਕਹਿੰਦੇ ਭਾਈ ਸਾਡੇ ਕੋਈ ਹੰਗਰ ਉੰਗ ਰਹਿਣੀਗਾ ਐਵੇਂ ਨਾ ਤੁਸੀਂ ਸਾਨੂੰ ਖਿੱਚੀ ਚ ਲਿਆ ਕਰੋ ਇਹ ਇੰਨਾ ਮੁਲਕਾਂ ਚ ਹੰਗਰ ਹੈਗਾ ਤੇ ਹੁਣ ਇੱਕ ਗੱਲ ਦੇਖੋ ਆ ਸੀਗਾ ਇੰਡੀਆ ਪਾਕਿਸਤਾਨ ਠੀਕ ਹੈ ਕਿ ਨਹੀਂ ਅ ਇੰਡੀਆ ਪਾਕਿਸਤਾਨ ਬੰਗਲਾਦੇਸ਼ ਠੀਕ ਹੈ ਕਿ ਨਹੀਂ ਹੁਣ ਆ ਕੰਟਰੀ ਦੇ ਵਿੱਚ yellow ਜਿਹਾ ਹੈਗਾ ਤੇ ਆ ਦੇਖੋ ਸਾਊਥ ਸੂਡਾਨ ਸੂਡਾਨ ਬੜਾ ਬੇਕਾਰ ਕੰਟਰੀ ਹੈ ਯਾਨੀ ਕਿ ਬੇਕਾਰ ਤਾਂ ਕਿਉਂ ਭੁੱਖਮਰੀ ਬਹੁਤ ਆ ਉੱਥੇ ਬਟ ਦੇਖੋ ਇੰਡੀਆ ਤੇ ਸੂਡਾਨ ਦੀ ਸੇਮ ਰੈਂਕ ਹੀ ਹੈ ਸੇਮ ਇੰਡੀਆ ਤੇ ਸੂਡਾਨ ਦਾ ਸੇਮ ਰੈਂਕ ਹੈਗਾ ਤੁਸੀਂ ਆਪ ਹਿਸਾਬ ਲਗਾ ਕੇ ਦੇਖੋ 107 ਕੰਟਰੀਆਂ ਨੇ ਤਾਂ ਪਾਰਟਿਸਪੇਟ ਹੀ ਕੀਤਾ ਇਹ ਤਾਂ ਕਰਦੀਆਂ ਹੀ ਨਹੀਂ ਗਿਆ ਕੈਨੇਡਾ ਕਹਿੰਦਾ ਇਹ ਕਹਿੰਦੇ ਸਾਡੇ ਸੁਡੇ ਹੈ ਨਹੀਂ ਹੰਗਰ ਹੰਗਰ ਉਹਦੇ ਵਿੱਚ ਵੀ ਇੰਡੀਆ ਦਾ ਜਿਹੜਾ ਰੈਂਕ 94 ਹੈ ਕਿੰਨੀ ਕੰਡੀਸ਼ਨ ਬੁਰੀ ਹੈਗੀ ਹੈ ਇਹਦੇ ਵਿੱਚ ਜਿਹੜਾ ਤੁਸੀਂ ਗ੍ਰੀਨ ਗ੍ਰੀਨ ਦੇਖ ਰਹੇ ਹੋ ਇਹ ਤਾਂ ਵਧੀਆ ਹੈਗਾ ਤੇ ਉਹ ਦੂਬਾਰ ਦੇ ਵਿੱਚ ਯਾਨਕੀ ਜਿਹੜੇ ਆ ਤੁਸੀਂ ਘੱਟ ਗ੍ਰੀਨ ਦੇਖ ਰਹੇ ਹੋ ਆਹ ਇਹ ਥੋੜੇ ਠੀਕ ਠਾਕ ਜਿਹੇ ਨੇ yellow ਉਹ ਦੂ ਨੀਚੇ ਤੇ ਜਿਹੜੇ ਸੰਤਰੀ ਹੈਗੇ ਇਹ ਤਾਂ ਮੰਨ ਕੇ ਚਲੋ ਬੁਰਾ ਹਾਲ ਆ ਇਹਨਾਂ ਦੇ ਵਿੱਚ ਤਾਂ ਠੀਕ ਹੈ ਹੁਣ ਇਹ ਦੇ ਵਿੱਚ ਦੇਖੋ ਇੱਕ ਆ ਦੇਖੋ ਯਮਨ ਯਮਨ ਦੇ ਵਿੱਚ ਬਹੁਤ ਬੁਰਾ ਹਾਲ ਆ ਮੈਡਾਗਾਸਕਰ ਇਹਨਾਂ ਦੇ ਵਿੱਚ ਬਹੁਤ ਬੁਰਾ ਹਾਲ ਹੈਗਾ ਈਵਨ ਆ ਨਾਲ ਦੇ ਕੰਟਰੀ ਛੋਟੇ ਜਿਹੇ ਪੈਂਦੀ ਹੈਗੇ ਮਿਡਲ ਲਿਸਟ ਦੇ ਵਿੱਚ ਤੇ ਆਫਰੀਕਾ ਦੇ ਆ ਕੰਟਰੀ ਆ ਇਹਨਾਂ 'ਚ ਬੜਾ ਬੁਰਾ ਹਾਲ ਹੈਗਾ ਖਾਣੇ ਪੀਣੋਂ ਲੈ ਕੇ ਠੀਕ ਹੈ ਤੇ ਇੰਡੀਆ ਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਵੀ ਇੰਡੀਆ ਦੇ ਵਿੱਚ ਆਪਣੇ ਬਹੁਤ ਬੁਰਾ ਇਹ ਕਿਨਾਰ ਖਰਖੰਡ ਹੋ ਗਿਆ ਛਤੀਸਗੜ੍ਹ ਹੋ ਗਿਆ ਐ ਮੰਨ ਕੇ ਚੱਲੋ ਹੰਗਰ ਦੇ ਵਿੱਚ ਬਹੁਤ ਜ਼ਿਆਦਾ ਬੁਰਾ ਹਾਲ ਆ ਹੁਣ ਇਸ ਰਿਪੋਰਟ ਦੇ ਵਿੱਚ ਆਇਆ ਕੀ ਕੁਛ ਆ ਦੇਖੋ ਪਹਿਲਾਂ ਤਾਂ ਆਪਾਂ ਐਂ ਦੇਖ ਲਈਏ ਪਹਿਲੀ ਗੱਲ ਇਹ ਹੰਗਰ ਜਿਹੜੀ ਰਿਪੋਰਟ ਆ ਕਿਨ ਇੰਡੀਆ ਦਾ ਰੈਂਕ ਕਿੰਨਾ 94 ਬੜਾ ਪਿੱਛੇ ਰੈਂਕ 107 ਦੇਸ਼ਾਂ ਨੇ ਪਾਰਟਿਸਿਪੇਟ ਕੀਤਾ ਇਸ ਵਿੱਚ ਦੋ ਆਰਗੇਨਾਈਜੇਸ਼ਨ ਨੇ ਇੱਕ ਕਨਸਰਨ ਵਰਲਡਵਾਈਡ ਟੇਕ ਵੈਲਥ ਅਨ ਗਰ ਹੀਫੇ ਇਹ ਦੋ ਜਣਿਆਂ ਨੇ ਇਹ ਰਿਪੋਰਟ ਰਿਲੀਜ਼ ਕੀਤੀ ਹੈ 2006 ਤੋਂ ਲੱਗੇ ਆ ਤੇ ਇਹ 15ਵੀਂ ਰਿਪੋਰਟ ਹੈਗੀ ਇਹਨਾਂ ਦੀ ਹੁੰਦੇ ਕੋ ਕਨਸਰਨ ਇਹ ਆਇਰਲੈਂਡ ਦੇ ਹੈ ਆਇਰਲੈਂਡ ਵਾਲੀ ਹੈਗੇ ਦੁਸ਼ਟ ਜਿਹੜੀ ਹੈਗੀ ਇਹ ਜਰਮਨੀ ਦੀ ਹੈ ਠੀਕ ਹੈ ਕਿ ਨਹੀਂ ਓਕੇ ਤੇ ਇਹਦੇ 4 ਪਿਲਰ ਹੈਗੇ ਯਾਨਕਿ ਹੰਗਰ ਨੂੰ ਯਾਨਕਿ ਜਜਮੈਂਟ ਕਰਨ ਵਾਸਤੇ ਪਹਿਲਾ ਕੀ ਹੈ ਅੰਡਰ ਨਿਊਰਿਸ਼ਮੈਂਟ ਇਹਦੇ ਵਿੱਚ ਕੀ ਆ ਕੈਲਰੀ ਯਾਨਕਿ ਖਾਣ ਪੀਣ ਨੂੰ ਜਿਹੜਾ ਕੁਝ ਚਾਹੀਦਾ ਸੀ ਉਹ ਹੀ ਨਹੀਂ ਪ੍ਰੋਪਰ ਮਿਲਿਆ ਠੀਕ ਹੈ ਉਹ ਦੂਮੇ ਕਿ ਚਾਈਲਡ ਵੇਸਟਿੰਗ ਇਹਦੇ ਵਿੱਚ ਕੀ ਹੁੰਦਾ ਹੈਗਾ ਵੀ ਦੇਖੋ ਜਿੰਨੀ ਹਾਈਟ ਹੈਗੀ ਨਾ ਬੱਚੇ ਦੀ 5 ਸਾਲ ਤੱਕ ਦੇ ਬੱਚੇ ਦੀ ਹੈਗੇ ਫਿਰ 5 5 ਸਾਲ ਦਾ ਏਜ ਹੋਣੀ ਚਾਹੀਦੀ ਹੈ ਕਹਿੰਦਾ ਜਿੰਨੀ ਹਾਈਟ ਹੈ ਬੱਚੇ ਦੀ ਉਸ ਹਿਸਾਬ ਨਾਲ weight ਹੈ ਨੀਗਾ ਤੇ ਚਾਈਲਡ ਸਟੰਟਿੰਗ ਇਹ ਕੀ ਕਹਿੰਦੀ ਆ ਕਹਿੰਦੀ ਕਿ ਇਹ ਕੀ ਕਹਿੰਦੀ ਕਿ ਕਹਿੰਦਾ ਲੋ ਹਾਈਟ ਹੈ ਘੱਟ ਹਾਈਟ ਹੈਗੀ ਆ ਏਜ ਦੇ ਹਿਸਾਬ ਨਾਲ ਜਿੰਨੀ ਏਜ ਹਨ ਬੱਚੇ ਦੀ ਉਨੀ ਹਾਈਟ ਵੀ ਹੈ ਨੀਗੀ ਠੀਕ ਹੈ ਤੇ ਚਾਈਲਡ ਮੋਰਟੈਲਿਟੀ ਕੀ ਕਹਿੰਦੀ ਆ ਫਰਟਲ ਯਾਨੀ ਕਿ ਬੱਚੇ ਬੜੇ ਮਰ ਰਹੇ ਮਰ ਰਹੇ ਹੈਗੇ ਆ ਇਨ ਐਡਿਕੁਏਟ ਨਿਊਟ੍ਰੀਸ਼ਨ ਹੈ ਯਾਨੀ ਕਿ ਖਾਣ ਪੀਣ ਨੂੰ ਪ੍ਰੋਪਰ ਖਾਣਾ ਬੱਚਿਆਂ ਨੂੰ ਨਹੀਂ ਮਿਲ ਰਿਹਾ ਠੀਕ ਹੈ ਹੁਣ ਇਹ ਇਸ ਰਿਪੋਰਟ ਦੇ ਵਿੱਚ ਆਇਆ ਈਵਨ ਦੇਖੋ ਮੈਂ ਤੁਹਾਨੂੰ ਬਾਕੀ ਬਾਕੀ ਕੰਟਰੀ ਨਾਲ ਲਗਵੇਂ ਦੇ ਦਿਖਾਵਾਂ ਜਿਵੇਂ ਦੇਖੋ ਆਹ ਦੇਖੋ ਇਹ শ্রীলੰਕਾ শ্রীলੰਕਾ ਦੇ ਵਿੱਚ 64 ਹੈ ਨੇਪਾਲ ਦਾ ਰੈਂਕ 73 ਹੈ ਬੰਗਲਾਦੇਸ਼ ਦਾ 75 ਹੈ ਮਿਆਂਮਾਰ ਦਾ 78 ਹੈ ਪਾਕਿਸਤਾਨ ਦਾ 88 ਹੈ ਤੇ ਇੰਡੀਆ ਦਾ ਕੀ ਹੈ 94 ਕਿੰਨੀ ਸ਼ਰਮਨਾਕ ਵਾਲੀ ਗੱਲ ਹੈ ਇੰਡੀਆ ਵਾਸਤੇ ਵੀ ਇੰਡੀਆ ਦਾ ਜਿਹੜਾ ਰੈਂਕ ਹੈ 94 ਪਹੁੰਚ ਗਿਆ ਓਕੇ ਦਾ ਇਹ ਆਪਣੀ ਯਾਨਕੀ ਗਲੋਬਲ ਹੰਗਰ ਇੰਡੈਕਸ ਹੈਗਾ ਹੁਣ ਤੁਹਾਨੂੰ ਕੁਐਸਚਨ ਕੀ ਕੁਛ ਆ ਸਕਦਾ ਇਸ ਵਿੱਚ ਦੇਖੋ ਪਹਿਲੀ ਗੱਲ ਇਹ ਰਿਪੋਰਟ ਨੂੰ ਰਿਲੀਜ਼ ਕੌਣ ਕਰਦਾ ਹੈਗਾ ਦੋ ਨਹੀਂ ਕਨਸਰਨ ਵਰਲਡ ਤੇ ਵੈਲਟਨ ਥਰਕ ਹਾਈਫ ਠੀਕ ਹੈ ਇੰਡੀਆ ਦਾ ਕੀ ਰੈਂਕ ਹੈ 94 ਕਿੰਨੇ ਦੇਸ਼ਾਂ ਨੇ ਪਾਰਟਿਸਪੇਟ ਕੀਤਾ 107 ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਕਿ ਇਹ ਐ ਨਹੀਂ ਪੁੱਛਦੇ ਕਿ ਕਿੰਨੀ ਰਿਪੋਰਟਾ ਕਿੰਨੀ ਨਹੀਂ ਆ ਫੋਰ ਪੀਲਰ ਵਗੈਰਾ ਕੁਝ ਨਹੀਂ ਪੁੱਛਦੇ ਹੁੰਦੇ ਪਹਿਲੇ ਰੈਂਕ ਦੇ ਉੱਤੇ ਕੌਣ ਆ ਲਾਸਟ ਵਾਲੀ ਉੱਤੇ ਕੌਣ ਇਹੋ ਜਿਹਾ ਕੁਝ ਵੀ ਨਹੀਂ ਪੁੱਛਦੇ ਹੁੰਦੇ ਬਸ ਆਂ ਇੰਡੀਆ ਤੋਂ ਰਿਲੇਟਿਡ ਹੀ ਕੰਸਰਨ ਹੁੰਦੇ ਇਹਨਾਂ ਦੇ ਆ ਰਿਪੋਰਟਾਂ ਹੁਣ ਕੰਸਰਨ ਵਰਲਡ ਇਹ ਕਿੱਥੋਂ ਦੀ ਹੈਗੀ ਆ ਇਹ ਆਇਰਲੈਂਡ ਦੀ ਹੈ ਵੈਲਟਨ ਥਰਗੇ ਕਿੱਥੋਂ ਦਾ ਹੈਗਾ ਇਹ ਜਰਮਨੀ ਦੀ ਹੈਗੀ ਆ ਬਸ ਇਹ ਜਿਆਦਾ ਡਿਟੇਲ ਆ ਵੈਸੇ ਤਾਂ ਇੰਨਾ ਹੀ ਪੁੱਛਦੇ ਹੈਗੇ ਕਿ ਹਾਂ ਵੀ ਰੈਂਕ ਕੀ ਆਇਆ ਤਾਂ ਕਾਫੀ ਜ਼ਿਆਦਾ ਇੰਡੀਆ ਵਾਸਤੇ ਬੁਰੀ ਖਬਰ ਹੈਗੀ ਆ ਅੱਗੇ ਦੇਖਦੇ ਆਪਾਂ ਹਾਂਜੀ ਅੱਗੇ ਇੱਕ ਸਿੰਪਲ ਜਿਹਾ ਕੁਐਸਚਨ ਤੁਹਾਨੂੰ ਬਣ ਸਕਦਾ ਹੈ ਕੁਐਸਚਨ ਕੀ ਆ ਦੇਖੋ ਬ੍ਰੈਗਜ਼ਿਟ ਐਕਚੁਅਲੀ ਯਾਨਕੀ ਪਹਿਲੀ ਗੱਲ ਤਾਂ ਸਨ ਕੁਸਚਨ ਦੱਸ ਦਵਾ ਜਿਵੇਂ ਆ ਦੇਖੋ ਆਏਗਾ ਯੂਰਪ ਇਹ ਯੂਕੇ ਠੀਕ ਆ ਅੱਗੇ ਮੰਡੇ ਯੂਕੇ ਦੇ ਠੀਕ ਆ ਹੁਣ ਦੇਖੋ ਯੂਕੇ ਨਾ ਯੂਰੋਪੀਅਨ ਯੂਨੀਅਨ ਜਿਹੜਾ ਸੀਗਾ ਇਸ ਤੋਂ ਬਾਹਰ ਹੋ ਗਿਆ ਠੀਕ ਆ ਯੂਰੋਪੀਅਨ ਯੂਨੀਅਨ ਕਿਹੜਾ ਹੈਗਾ ਦੇਖੋ ਆ ਜਿਹੜਾ ਹੈਗਾ ਆ ਯੂਰੋਪੀਅਨ ਯੂਨੀਅਨ ਆ ਸਾਰਾ ਸਾਰਾ ਪੈਸੇ ਦੇ ਵੀ ਯੂਰੋਪੀਅਨ ਯੂਨੀਅਨ ਹੀ ਆ ਬਟ ਯੂਕੇ ਯੂਕੇ ਇਸ ਤੋਂ ਕੀ ਹੋ ਗਿਆ ਬਾਹਰ ਹੋ ਗਿਆ ਉਹ ਕਹਿੰਦਾ ਕਿ ਮੈਂ ਇਸ ਯੂਰੋਪੀਅਨ ਯੂਨੀਅਨ ਦਾ ਹਿੱਸਾ ਨਹੀਂ ਹੈ ਯੂਕੇ ਕਹਿੰਦਾ ਠੀਕ ਹੈ ਹੁਣ ਇਸ ਦਾ ਹਿੱਸਾ ਵੀ ਹੈ ਨਹੀਂ ਯੂਰੋਪੀਅਨ ਯੂਨੀਅਨ ਇਹ ਯੂਕੇ ਹੁਣ ਯੂਕੇ ਕੀ ਕਹਿ ਰਹਾ ਹੈਗਾ ਕਹਿੰਦਾ ਤੁਸੀਂ ਪਹਿਲਾਂ ਵਾਂਗੂ ਜੋ ਵੀ ਯਾਨਕੀ ਡੀਲ ਹੈਗੀ ਉਹ ਕਲੀਅਰ ਕਰੋ ਠੀਕ ਹੈ ਵਪਾਰ ਦੀ ਯਾਨਕੀ ਜੋ ਵੀ ਟ੍ਰੇਡ ਹੁੰਦਾ ਹੈਗਾ ਨਾ ਟ੍ਰੇਡ ਦੀ ਜਿਹਨਾਂ ਡੀਲ ਕਲੀਅਰ ਕਰੋ ਸਾਨੂੰ ਯਾਨਕੀ ਅਸੀਂ ਯੂਰੋਪੀਅਨ ਯੂਨੀਅਨ ਤੋਂ ਅਲੱਗ ਹੋ ਚੁੱਕੇ ਹਾਂ ਕਹਿੰਦਾ ਜੇ ਤੁਸੀਂ ਯੂਰੋਪੀਅਨ ਯੂਨੀਅਨ ਤੋਂ ਅਸੀਂ ਅਲੱਗ ਹੋਏ ਹਾਂ ਯਾਨਕੀ ਇਨ ਬ੍ਰੈਕਜ਼ਿਟ ਕਹਿੰਦੇ ਹੈ ਠੀਕ ਹੈ ਜੇ ਇਹ ਯੂਰੋਪੀਅਨ ਯੂਨੀਅਨ ਤੋਂ ਅਲੱਗ ਹੋਏ ਨਾ ਇਹਨੂੰ ਬ੍ਰੈਕਜ਼ਿਟ ਕਹਿੰਦੇ ਹੈ ਪਹਿਲਾ ਤਾਂ ਸੋਧ ਤੁਸੀਂ ਯੂਰੋਪੀਅਨ ਯੂਨੀਅਨ ਦਾ ਦੱਸ ਤੋਂ ਦੇਖੋ ਐਕਚੁਅਲੀ ਨਾ ਇਹਨਾਂ ਸਾਰੇ ਜਿਹੜੇ ਯੂਰਪ ਦੇ ਕੰਟਰੀਸ ਨੇ ਨਾ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਨਾ ਇੱਕ ਯਾਨਕੀ ਗਰੁੱਪ ਬਣਾਇਆ ਹੋਇਆ ਹੈਗਾ ਉਹ ਗਰੁੱਪ ਦਾ ਨਾਮ ਕੀ ਹੈ ਯੂਰੋਪੀਅਨ ਯੂਨੀਅਨ ਇਹਦੇ ਵਿੱਚ ਨੀਅਰ ਅਬਾਊਟ 20 ਦੇਸ਼ ਆਉਂਦੇ ਸੀ ਹੁਣ ਇਹ ਤਾਂ ਬਾਹਰ ਹੋ ਗਿਆ ਠੀਕ ਹੈ ਹੁਣ ਇਹ ਜਿਹੜੇ ਦੇਸ਼ ਹੈ ਇਹਨਾਂ ਨੇ ਜੇ ਆਪਸ ਵਿੱਚ ਵਪਾਰ ਕਰਨਾ ਕੋਈ ਟੈਂਸ਼ਨ ਨਾਲ ਨਹੀਂ ਕਰਦੇ ਨਹੀਂ ਓਕੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਕੋਈ ਵੀਜ਼ੇ ਦੀ ਲੋੜ ਵੀ ਨਹੀਂ ਪੈਂਦੀ ਠੀਕ ਹੈ ਘੁੰਮਣਾ ਫਿਰ ਨਾ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਯਾਨੀ ਕਿ ਕਾਫੀ ਜ਼ਿਆਦਾ ਸਹੂਲियत ਨੇ ਇੱਕ ਤਰ੍ਹਾਂ ਦਾ ਦੇਸ਼ ਮੰਨਿਆ ਜਾਂਦਾ ਇੱਕ ਓਕੇ ਬਟ ਹੁਣ ਇਸ ਦੇ ਵਿੱਚ ਪਿੱਛੇ ਜਿਹੇ ਹੀ ਯੂਕੇ ਜਿਹੜਾ ਹੈਗਾ ਇਹ ਯੂਰੋਪੀਅਨ ਯੂਨੀਅਨ ਤੋਂ ਅਲੱਗ ਹੋ ਗਿਆ ਜਦੋਂ ਅਲੱਗ ਹੋਇਆ ਇਸ ਜਦੋਂ ਅਲੱਗ ਹੋਇਆ ਨਾ ਇਹਨੂੰ ਕੀ ਆਇਆ ਜਾਂਦਾ ਬ੍ਰੈਗਜ਼ਿਟ ਇਹਨੂੰ ਬ੍ਰੈਗਜ਼ਿਟ ਕਿਹਾ ਜਾਂਦਾ ਹੈ ਦੇਖੋ ਕਿੰਨੇ ਦੇਸ਼ਾਂ ਤੋਂ ਅਲੱਗ ਹੋ ਗਿਆ ਹੁਣ ਐ ਹੁਣ ਮੰਨ ਕੇ ਚਲੋ ਪੰਜ ਭਰਾ ਸੀਗੇ ਪੰਜਾਂ ਭਰਾਵਾਂ ਦੇ ਵਿੱਚ ਜਿਹੜਾ ਇੱਕ ਭਰਾ ਹੈਗਾ ਉਹ ਅਲੱਗ ਹੋ ਗਿਆ ਠੀਕ ਹੈ ਕਿ ਨਹੀਂ ਹੁਣ ਇਹ ਹੁਣ ਕੀ ਰੌਲਾ ਹੈਗਾ ਇਹ ਕਹਿੰਦਾ ਕਿ ਦੇਖੋ ਜੋਂਸਨ ਉਥੋਂ ਦਾ ਪ੍ਰਧਾਨ ਮੰਤਰੀ ਹੈ ਬੌਰੀਸ ਜੋਂਸਨ ਜੋਂਸਨ ਹੈ ਉਥੋਂ ਦਾ ਪ੍ਰਧਾਨ ਮੰਤਰੀ ਹੈ ਇਹ ਕਹਿੰਦਾ ਨੋ ਡੀਲ ਬ੍ਰੈਗਜ਼ਿਟ ਕਹਿੰਦਾ ਜੇ ਤੁਸੀਂ ਸਾਡੇ ਦੇ ਵਿੱਚ ਯਾਨੀ ਕਿ ਜੇ ਵਪਾਰ ਕਰਦੇ ਹੋ ਉਵੇਂ ਕਰੋ ਅਲੱਗ ਦੇਸ਼ ਵਾਂਗ ਨਹੀਂ ਤਾਂ ਆਸਟ੍ਰੇਲੀਆ ਸਟਾਈਲ ਪੈਕਟ ਹੋ ਜਾਊਗਾ ਹੁਣ ਆਸਟ੍ਰੇਲੀਆ ਸਟਾਈਲ ਪੈਕਟ ਕੀ ਹੈਗਾ ਵੀ ਆਪਾਂ ਜਿਵੇਂ ਕਿ ਪਹਿਲਾਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਆਪਾਂ ਚਲੇ ਜਾਵਾਂਗੇ ਇਹ ਕਹਿੰਦਾ ਠੀਕ ਹੈ ਕਿ ਨਹੀਂ ਤੇ ਐਦਾ ਨਹੀਂ ਕਹਿੰਦਾ ਯਾਨੀ ਕਿ ਵਿਦਆਊਟ ਐਨ ਯੂਰੋਪੀਅਨ ਟ੍ਰੇਡ ਐਗਰੀਮੈਂਟ ਜਿਵੇਂ ਆਸਟ੍ਰੇਲੀਆ ਕਰਦਾ ਹੈਗਾ ਠੀਕ ਹੈ ਕਿ ਨਹੀਂ ਚੁੱਪ ਕਰਕੇ ਇੱਕ ਅਲੱਗ ਕੰਟਰੀ ਵਾਂਗੂ ਸਾਨੂੰ ਮਨ ਜਨ ਕੀ ਵਪਾਰ ਕਰ ਸਕਦਾ ਠੀਕ ਹੈ ਇਹ ਹੈ ਯਾਨਕਿ ਬ੍ਰੈਕਜ਼ਿਟ ਅੱਗੇ ਦੇਖਦੇ ਆਪਾਂ ਹੁਣ ਦੇਖੋ ਇਜ਼ਰਾਈਲ ਤੇ ਯੂਏਈ ਦੀ ਡੀਲ ਐਕਚੁਅਲੀ ਇਜ਼ਰਾਈਲ ਤੇ ਯੂਏਈ ਦੀ ਡੀਲ ਹੈ ਤੇ ਦੂਜੀ ਕਿਹੜੀ ਖਬਰ ਹੈਗੀ ਹੈ ਕੈਸਪੀਅਨ ਵਾਰ ਗੇਮਸ ਠੀਕ ਹੈ ਤੇ ਇਹ ਦੋਵੇਂ ਆਪਾਂ ਡਿਸਕਸ ਕਰਦੇ ਹਾਂ ਪਹਿਲਾਂ ਆਪਾਂ ਇਹ ਡਿਸਕਸ ਕਰਦੇ ਹਾਂ ਇਜ਼ਰਾਈਲ ਯੂਏਈ ਡੀਲ ਇਹ ਕੀ ਚੀਜ਼ ਹੈਗੀ ਹਾਂਜੀ ਇਜ਼ਰਾਈਲ ਤੇ ਯੂਏਈ ਦੀ ਮੈਂ ਤੁਹਾਨੂੰ ਥੋੜੀ ਕਹਾਣੀ ਦੱਸਦਾ ਮੈਂ ਬੈਕਗਰਾਉਂਡ ਕਹਾਣੀ ਕਹਾਣੀ ਕੀ ਹੈ ਦੇਖੋ ਇਹ ਜਿਹੜਾ ਦੇਸ਼ ਹੈਗਾ ਆ ਸਾਰਾ ਸਾਰਾ ਇਹ ਕੰਟਰੀ ਇਹ ਆ ਮਿਡਲਿਸਟ ਠੀਕ ਹੈ ਇਹ ਮਿਡਲਿਸਟ ਕੰਟਰੀਆਂ ਨੇ ਹੁਣ ਮਿਡਲਿਸਟ ਦੇ ਵਿੱਚ ਇੱਥੇ ਆ ਸੀਗਾ ਇਜ਼ਰਾਈਲ ਠੀਕ ਹੈ ਥੋੜੀ ਜਿਹਾ ਆਪਾਂ ਕਲੈਰਿਟੀ ਨਾਲ ਕਰੀਏ ਜਿਵੇਂ ਦੇਖੋ ਆ ਹੈਗਾ ਇਜ਼ਰਾਈਲ ਆ ਸੀਗਾ ਠੀਕ ਹੈ ਇਜ਼ਰਾਈਲ ਇਜ਼ਰਾਈਲ ਜਿਸ ਨੂੰ ਮੈਂ ਬੈਕਗ੍ਰਾਉਂਡ ਕਹਾਣੀ ਦੱਸਦਾ ਇੱਥੇ ਤਿੰਨ ਧਰਮ ਦੇ ਲੋਕ ਰਹਿੰਦੇ ਸੀਗੇ ਤਿੰਨ ਧਰਮਾਂ ਦੇ ਉਹ ਕਿਹੜੇ-ਕਿਹੜੇ ਹੈਗੇ ਇੱਕ ਤਾਂ ਜੀਸੂ ਠੀਕ ਹੈ ਇੱਕ ਜੂਇਸ ਯਹੂਦੀ ਠੀਕ ਹੈ ਯਹੂਦੀ ਜੀ ਨੂੰ ਆਪਾਂ ਕਹਿੰਦੇ ਹੈਗੇ ਤੇ ਤੀਜੇ ਕਿਹੜੇ ਹੈਗੇ ਮੁਸਲਮਾਨ ਠੀਕ ਹੈ ਇਹ ਜਿਹੜੀ ਧਰਤੀ ਹੈ ਨਾ ਯਾਨਕੀ ਇਜ਼ਰਾਈਲ ਦੀ ਇਜ਼ਰਾਈਲ ਦੇ ਵਿੱਚ ਇੱਕ ਹੈਗੀ ਹੈ ਇਹਦੀ ਰਾਜਧਾਨੀ ਹੈ ਜੈਰੂਸਲੇਮ ਪੁੱਛੀ ਜਾਂਦੀ ਰਹਿੰਦੀ ਹੈ ਹਰੇਕ ਵਾਰ ਹਰੇ ਪੇਪਰ ਦੇ ਵਿੱਚ ਇਹ ਤਿੰਨ ਗੋਡ ਦੀ ਧਰਤੀ ਹੈ ਤਾਂ ਪਹਿਲਾ ਕਿਹੜਾ ਗੋਡ ਹੈਗਾ ਠੀਕ ਹੈ ਕਿ ਨਹੀਂ ਯਾਨਕੀ ਜੀਸੂ ਵਾਲੇ ਦੂਜਾ ਕਿਹੜਾ ਹੈਗਾ ਉਹ ਯਹੂਦੀ ਵਾਲੇ ਤੇ ਤੀਜਾ ਕਿਹੜਾ ਹੈਗਾ ਯਾਨਕੀ ਪ੍ਰੋਫਿਟ ਮੁਹੰਮਦ ਯਾਨਕੀ ਮੁਸਲਮਾਨ ਠੀਕ ਹੈ ਕਿ ਨਹੀਂ ਅਤਨ ਗੋੜ ਦੀ ਧਰਤੀ ਆ ਤਾਂ ਇਹ ਕਿਦਰ ਸਹੀ ਨਾ ਜਿਸੂ ਵਾਲਿਆਂ ਦਾ ਇਹ ਹੈਗਾ ਯਹੂਦੀਆਂ ਦਾ ਇਹ ਮੁਸਲਮਾਨਾਂ ਦਾ ਹੁਣ ਐਕਚੁਅਲੀ ਬਹੁਤ ਸਾਲ ਹਜ਼ਾਰਾਂ ਸਾਲ ਪਹਿਲਾਂ ਦੀ ਕਹਾਣੀ ਦੱਸਦਾ ਜਦੋਂ ਯਾਨਕੀ ਯਾਨਕੀ ਇੱਥੇ ਯਹੂਦੀ ਰਹਿੰਦੇ ਹੁੰਦੇ ਸੀ ਐਕਚੁਅਲੀ ਇੱਥੇ ਸਾਰੇ ਯਹੂਦੀ ਰਹਿੰਦੇ ਹੁੰਦੇ ਸੀ ਠੀਕ ਹੈ ਕਿ ਨਹੀਂ ਜਿਵੇਂ ਦੇਖੋ ਆ ਜਿਸੂ ਸੀਗਾ ਠੀਕ ਹੈ ਕਿ ਨਹੀਂ ਇਹ ਵੀ ਯਹੂਦੀ ਸੀਗਾ ਤੇ ਐਕਚੁਅਲੀ ਜਦੋਂ ਇਹ ਯਹੂਦੀ ਸੀਗਾ ਤਾਂ ਹੋਇਆ ਕੀ ਸੀਗਾ ਯਹੂਦੀਆਂ ਨੇ ਇਸ ਨੂੰ ਮਾਰ ਦਿੱਤਾ ਸੀਗਾ ਠੀਕ ਹੈ ਕਿ ਨਹੀਂ ਮੈਂ ਇੱਕ ਮੈਂ ਖਾਂ ਠੀਕ ਠੋਕ ਕੇ ਹੱਤਾ ਚ ਪੈਰਾ ਚ ਠੀਕ ਹੈ ਕਿ ਨਹੀਂ ਜਿਹੜੇ ਇਥੋਂ ਦੇ ਰਹਿਣ ਵਾਲੇ ਲੋਕ ਸੀ ਨਾ ਯਹੂਦੀ ਯਹੂਦੀਆ ਨੇ ਇਸ ਨੂੰ ਜਿਸੂ ਨੂੰ ਮਾਰ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਠੀਕ ਹੈ ਕਿ ਨਹੀਂ ਯਾਨੀ ਕਿ ਕ੍ਰਿਸਚਨ ਜਿਹੜਾ ਧਰਮ ਹੈਗਾ ਉਹ ਫੈਲਣਾ ਸ਼ੁਰੂ ਹੋਇਆ ਤੇ ਇਸ ਧਰਮ ਦੀ ਜਿਹੜੀ ਸ਼ੁਰੂਆਤ ਹੈਗੀ ਆ ਉਹਦੀ ਸ਼ੁਰੂਆਤ ਹੋਈ ਸੀਗੀ ਯਾਨੀ ਕਿ ਰੋਮ ਰੋਮ ਤੋਂ ਠੀਕ ਹੈ ਕਿ ਨਹੀਂ ਰੋਮ ਤੋਂ ਇਸ ਦੀ ਸ਼ੁਰੂਆਤ ਹੋਈ ਸੀਗੀ ਉਸ ਤੋਂ ਬਾਅਦ ਦੇ ਵਿੱਚ 2000 ਸਾਲ ਬਾਅਦ ਹਿਟਲਰ ਆਉਂਦਾ ਹੈਗਾ ਔਰ ਹਿਟਲਰ ਕੀ ਕਹਿੰਦਾ ਹੈਗਾ ਕਿ ਮੈਂ ਇਨਾਂ ਦੀ ਮੌਤ ਦਾ ਬਦਲਾ ਲਊਗਾ ਠੀਕ ਹੈ ਤੇ ਉਹ ਕੀ ਕਰਦਾ ਹੈਗਾ ਜਿਹੜੇ ਵੀ ਯਹੂਦੀ ਹੁੰਦੇ ਨੇ ਨਾ ਯਹੂਦੀ ਠੀਕ ਹੈ ਉਹਨਾਂ ਸਾਰੇ ਯਹੂਦੀਆਂ ਨੂੰ ਇਹ ਕੀ ਕਰਦਾ ਹੈਗਾ ਮਾਰਨਾ ਸ਼ੁਰੂ ਕਰ ਦਿੰਦਾ ਹੈਗਾ ਤੇ ਪਹਿਚਾਣ ਕਿਵੇਂ ਕਰਦਾ ਹੈਗਾ ਉਹਨਾਂ ਦੀ ਗੋਲ ਨੱਕ ਹੈਗੀ ਆ ਅੱਖਾਂ ਉਹਨਾਂ ਦੀਆਂ ਯਾਨੀ ਕਿ ਭੂਰੀਆਂ ਨੇ ਠੀਕ ਹੈ ਕਿ ਨਹੀਂ ਤਾਂ ਇਦਾਂ ਦੇ ਦਿਖਦੇ ਆਗੇ ਆ ਉਦੋਂ ਬਾਅਦ ਦੇ ਵਿੱਚ ਇਹ ਕੀ ਕਰਦਾ ਇਕੱਲੇ ਇਕੱਲੇ ਯਹੂਦੀ ਨੂੰ ਮਾਰਨਾ ਸ਼ੁਰੂ ਕਰਤਾ ਹੈਗਾ ਯਾਨੀ ਕਿ ਬੜੀ ਬੁਰੀ ਤਰੀਕੇ ਨਾਲ ਯਹੂਦੀਆਂ ਨੂੰ ਮਾਰਦਾ ਹੈਗਾ ਉਦੋਂ ਬਾਅਦ ਦੇ ਵਿੱਚ ਜਦੋਂ 1945 ਦੇ ਵਿੱਚ ਵਿਸ਼ੂ ਯੁੱਧ ਖਤਮ ਹੁੰਦਾ ਹੈਗਾ ਠੀਕ ਹੈ ਤਾਂ ਅਮਰੀਕਾ ਕੀ ਕਰਦਾ ਹੈ ਯੂ ਐਸ ਏ ਕੀ ਕਰਦਾ ਹੈਗਾ ਕਿ ਇਹਨਾਂ ਨੂੰ ਉੱਥੇ ਹੀ ਵਸਾਉਂਦਾ ਜਿੱਥੇ ਇਹਨਾਂ ਦਾ ਗੋਡ ਹੁੰਦਾ ਹੈਗਾ ਤਾਂ ਗੋਡ ਕਿੱਥੇ ਹੁੰਦਾ ਹੈ ਇਹਨਾਂ ਦਾ ਉਹ ਹੁੰਦਾ ਹੈਗਾ ਇਜ਼ਰਾਈਲ ਦੇ ਵਿੱਚ ਜਿੱਥੇ ਇਹਨਾਂ ਦਾ ਗੋਡ ਹੁੰਦਾ ਹੈਗਾ ਤਾਂ ਇੱਥੇ ਇਹ ਵਾਪਸ ਲਿਆ ਜਾਂਦਾ ਇਹ ਯਾਨਕਿ ਜਰਮਨੀ ਦੀ ਘਟਨਾ ਸੀ ਹਿਟਲਰ ਜਰਮਨੀ ਜਰਮਨੀ ਦਾ ਸੀ ਤਾਂ ਯੂ ਐਸ ਏ ਕੀ ਕਹਿੰਦਾ ਹੈਗਾ ਕਿ ਯੂ ਐਸ ਏ ਤੇ ਯੂ ਕੇ ਇਹ ਦੋਵੇਂ ਜਣੇ ਮਿਲ ਕੇ ਕੀ ਕਰਦੇ ਆ ਇਹਨਾਂ ਨੂੰ ਯਹੂਦੀਆਂ ਨੂੰ ਠੀਕ ਹੈ ਕਿ ਨਹੀਂ ਇੱਥੇ ਪਸਾਉਂਦੇ ਆ 1948 ਦੇ ਵਿੱਚ ਠੀਕ ਹੈ ਉਦੋਂ ਬਾਅਦ ਵਿੱਚ ਜਦੋਂ ਇੱਥੇ ਵਸਾਉਂਦੇ ਆ ਤਾਂ ਜਿਹੜੇ ਨਾਲ ਦੇ ਦੇਸ਼ ਹੁੰਦੇ ਹੈਗੇ ਆ ਠੀਕ ਹੈ ਕਿ ਨਹੀਂ ਜਿਹੜੇ ਨਾਲ ਦੇ ਦੇਸ਼ ਹੁੰਦੇ ਆ ਸੀਰੀਆ ਇਰਾਕ ਜਾਰਡਨ ਇਜ਼ਰਾਈਲ ਲੈਬਨਾਨ ਇਜੀਪਟ ਠੀਕ ਹੈ ਕਿ ਨਹੀਂ ਇਜ਼ਰਾਈਲ ਤਾਂ ਚਲੋ ਇੱਥੇ ਆਲਰੇਡੀ ਮੁਸਲਮਾਨ ਰਹਿੰਦੇ ਸੀਗੇ ਉਹ ਕਹਿੰਦੇ ਤੁਸੀਂ ਇੱਥੇ ਵਸਾ ਕਿਵੇਂ ਦਿੱਤੇ ਇਹਨਾਂ ਨੂੰ ਯਹੂਦੀਆਂ ਨੂੰ ਠੀਕ ਹੈ ਕਿ ਨਹੀਂ ਇਹਨਾਂ ਦਾ ਤਾਂ ਇੱਥੇ ਕੋਈ ਲੈਣਾ ਦੇਣਾ ਨਹੀਂ ਇਹ ਇਹ ਤਾਂ ਉਧਰਲੇ ਪਾਸੇ ਰਹਿੰਦੇ ਜਰਮਨ ਜਰਮਨ ਵਾਲੀ ਸਾਈਡ ਉਦੋਂ ਬਾਅਦ ਦੇ ਵਿੱਚ ਜਦੋਂ ਇਹਨਾਂ ਨੂੰ ਵਸਾਇਆ ਇਹਨਾਂ ਨੇ ਪਤੰਦਰਾ ਦੇ ਨਾਲ ਦੇ ਨਾਲ ਕੀ ਹੋ ਗਿਆ ਯੁੱਧ ਛੇੜ ਦਿੱਤਾ 1948 ਦੇ ਵਿੱਚ ਹੀ ਪਰ ਸੀਰੀਆ ਦੀ ਜਿਹੜੀ ਮਦਦ ਹੈਗੀ ਆ ਉਹ ਕੀਤੀ ਯਾਨਕੀ ਅਮਰੀਕਾ ਨੇ ਸੌਰੀ ਇਜ਼ਰਾਈਲ ਦੀ ਜਿਹੜੀ ਮਦਦ ਅਮਰੀਕਾ ਨੇ ਕੀਤੀ ਹੁਣ ਅਮਰੀਕਾ ਨੇ ਹਥਿਆਰ ਵਗੈਰਾ ਦਿੱਤੇ ਤੇ ਇਹ ਇਜ਼ਰਾਈਲ ਨੇ ਕੀਤਾ ਇਹਨਾਂ ਸਾਰੇ ਦੇਸ਼ਾਂ ਨੂੰ ਹਰਾ ਦਿੱਤਾ ਠੀਕ ਆ ਔਰ ਜਦੋਂ ਹਰਾ ਦਿੱਤਾ ਇਹ ਸਾਰੇ ਵਿਚਾਰੇ ਚੁੱਪ ਕਰਕੇ ਬੈਠ ਗਏ ਇਜੀਪਟ ਲੈਬਨਾਨ ਸੀਰੀਆ ਇਰਾਕ ਜਾਰਡਨ ਸਾਰਾ ਚੁੱਪ ਕਰਕੇ ਬੈਠ ਗਏ ਬਟ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਫੇਰ ਇੱਕ ਯੁੱਧ ਲੜਿਆ 1967 ਦੇ ਵਿੱਚ ਠੀਕ ਆ ਨੀ ਇਹ ਤਾਂ 6 ਦਿਨਾਂ ਦੇ ਵਿੱਚ ਹੀ ਹਰਾ ਕੇ ਪਾਸੇ ਕੀਤਾ ਇਹਨਾਂ ਨੇ ਇਜ਼ਰਾਈਲ ਨੇ ਛੇ ਕੰਟਰੀਆਂ ਹੋ ਰਹਾ ਤਾਂ ਛੇ ਦਿਨਾ ਚ ਸਾਰੀ سپورਟ ਅਮਰੀਕਾ ਵੱਲੋਂ ਤੇ ਇੱਕ ਇਹ ਵੀ ਗੱਲ ਹੈ ਇਜ਼ਰਾਈਲ ਵਰਨ ਆਫ ਦਾ ਰਿਚੈਸਟ ਫੈਮਲੀ ਹੈ ਦੁਨੀਆ ਦੇ ਵਿੱਚ ਉਸ ਤੋਂ ਬਾਅਦ ਵਿੱਚ ਇਹ ਪਰੇਸ਼ਾਨ ਹੋ ਗਏ ਇਹਨਾਂ ਨੇ ਇੱਕ ਹੋਰ ਯੁੱਧ ਲੜਿਆ 1973 ਦੇ ਵਿੱਚ ਯਮਕੀਪੁਰ ਵਾਰ ਉਹਦੇ ਵਿੱਚ ਵੀ ਇਜ਼ਰਾਈਲ ਨੇ ਸਾਰਿਆਂ ਨੂੰ ਹਰਾ ਦਿੱਤਾ ਇਹਨਾਂ ਨੂੰ ਜਿਹੜੇ ਜਿਹੜੇ ਵੀ ਲੜੇ ਸੀ ਉਸ ਤੋਂ ਬਾਅਦ ਇਹਨਾਂ ਨੇ ਇੱਕ ਦੋ ਇੱਕ ਦੋ ਹੋਰ ਯੁੱਧ ਲੜੇ ਇਹ ਪਤੰਦਰ ਦੇ ਹਰੇਕ ਯੁੱਧ ਦੇ ਵਿੱਚ ਹਾਰੀ ਗਏ ਤੇ ਜਿੱਤੀ ਕੌਣ ਗਿਆ ਯਾਨਕਿ ਇਜ਼ਰਾਈਲ ਤੇ ਇਜ਼ਰਾਈਲ ਜਦੋਂ ਜਿੱਤੀ ਗਿਆ ਤਾਂ ਪਹਿਲਾਂ ਤਾਂ ਇਹ ਥੋੜੀ ਛੋਟੀ ਜੀ ਜ਼ਮੀਨ ਦੇ ਟੁਕੜੇ ਦੇ ਉੱਤੇ ਸੀਗਾ ਪਰ ਜਦੋਂ ਇਹ ਜਿੱਤ ਗਿਆ ਇਸ ਨੇ ਕੀ ਤਾਂ ਆ ਵੈਸਟਰਨ ਬੈਂਕ ਜਿਹੜਾ ਸੀਗਾ ਇਹ ਵੀ ਕਬਜ਼ੇ ਦੇ ਵਿੱਚ ਕਰ ਲਿਆ ਠੀਕ ਆ ਕਿ ਨਹੀਂ ਉਦੋਂ ਮਿਲ ਕੇ ਇਹ ਗਾਜਾ ਪੱਟੀ ਸੀਗਾ ਇਹ ਵੀ ਕਬਜ਼ੇ ਦੇ ਵਿੱਚ ਕਰ ਲਿਆ ਇੱਕ ਇੱਥੇ ਆ ਛੋਟਾ ਜਿਹਾ ਇਲਾਕਾ ਪੈਂਦਾ ਹੈਗਾ ਇਹਨੂੰ ਕਹਿੰਦੇ ਗੋਲਾਨ ਹਾਈਟਸ ਠੀਕ ਆ ਕਿ ਨਹੀਂ ਗੋਲਾਨ ਹਾਈਟਸ ਵੀ ਇਹਨੇ ਕਬਜ਼ੇ ਦੇ ਵਿੱਚ ਕਰ ਲਈ ਐਕਚੁਅਲੀ ਗੋਲਾਨ ਹਾਈਟਸ ਦੇ ਉੱਤੇ ਨਾ ਪਾਣੀ ਹੈਗਾ ਤਾਂ ਪਾਣੀ ਇੱਥੋਂ ਇਸ ਏਰੀਆ ਵਾਸਤੇ ਬੜਾ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਨੂੰ ਪੀਣ ਵਾਸਤੇ ਪਾਣੀ ਹੈ ਇਹ ਤਾਂ ਯਾਨਕੀ ਡ੍ਰਿਪ ਇਰੀਗੇਸ਼ਨ ਕਰਦੇ ਹੁੰਦੇ ਆ ਡ੍ਰਿਪ ਇਰੀਗੇਸ਼ਨ ਯਾਨਕੀ ਬੂੰਦ-ਬੂੰਦਾਂ ਦੇ ਨਾਲ ਫਸਲ ਆਉਂਗਾਂਦੇ ਨੇ ਠੀਕ ਆ ਕਿ ਨਹੀਂ ਤਾਂ ਉਦੋਂ ਵੱੜ ਕੇ ਇਹਨਾਂ ਨੇ ਕੀਤਾ ਆ ਗੁਲਾਨ ਹਾਈਟਸ ਲੈ ਲਈ ਇੱਥੇ ਪਾਣੀ ਪੂਣੀ ਲਿਆਉਣ ਵਾਸਤੇ ਤੇ ਉਦੋਂ ਮੁੜ ਕੇ ਇਹਨਾਂ ਨੇ ਪੂਰੇ ਪੂਰੇ ਇਜ਼ਰਾਈਲ ਦੇ ਉੱਤੇ ਕਬਜ਼ਾ ਕਰ ਲਿਆ ਇੱਥੇ ਠੀਕ ਹੈ ਹੁਣ ਪੂਰੇ ਇਜ਼ਰਾਈਲ ਦੇ ਉੱਤੇ ਕਬਜ਼ਾ ਕਰ ਲਿਆ ਪਹਿਲਾਂ ਤਾਂ ਥੋੜੇ ਜਿਹੇ ਇਲਾਕੇ ਦੇ ਉੱਤੇ ਸੀ ਤੇ 1948 ਤੋਂ ਲੱਗੇ ਹਰਾਉਣ ਇਹ ਤਾਂ ਲਗਾਤਾਰ ਬਾਕੀ ਮਿਡਲ ਈਸਟ ਕੰਟਰੀ ਨੂੰ ਹਰਾਈ ਗਏ ਤਾਂ ਐ ਮੰਨ ਕੇ ਚੱਲੋ ਜਦੋਂ ਤਾਂ ਹਿਟਲਰ ਮਰਿਆ 1948 ਤੋਂ ਲੈ ਕੇ 2020 ਤੱਕ ਹੁਣ ਇੱਥੇ ਇਹੇ ਅਸ਼ਾਂਤੀ ਹੈਗੀ ਆ ਯਾਨੀ ਕਿ ਪਹਿਲਾਂ ਤਾਂ ਜੀਸੂ ਨੂੰ ਮਾਰਿਆ ਗਿਆ ਬਾਅਦ ਚ ਹਿਟਲਰ ਨੇ ਯਹੂਦੀਆਂ ਨੂੰ ਮਾਰਿਆ ਹੁਣ ਯਹੂਦੀ ਇਹਨਾਂ ਮੁਸਲਮਾਨਾਂ ਨੂੰ ਮਾਰੀ ਜਾਂਦੇ ਆ ਠੀਕ ਆ ਤੇ ਇਹ ਸ਼ਾਂਤੀ ਵਾਲਾ ਇਲਾਕਾ ਕੋਲ ਮਿਲਾ ਕੇ ਹੈ ਹੀ ਨਹੀਂ ਤੇ ਹੁਣ ਇੱਕ ਇੱਥੇ ਛੋਟਾ ਜਿਹਾ ਨਾ ਇੱਕ ਗਰੁੱਪ ਬਣ ਗਿਆ ਉਹ ਹੈਗਾ ਆ ਅਤਵਾਦੀ ਗਰੁੱਪ ਇਹ ਹੈਗਾ ਹਮਾਸ ਠੀਕ ਆ ਹਮਾਸ ਇੱਕ ਨਾ ਗਰੁੱਪ ਬਣ ਗਿਆ ਇਹ ਵਿਚਾਰੇ ਕੀ ਕਰਦੇ ਆ ਹੁਣ ਦੇਖੋ ਇਹਨਾਂ ਦੀ ਵੀ ਵਿਚਾਰਿਆਂ ਦੀ ਜ਼ਮੀਨ ਹੈਗੀ ਆ ਠੀਕ ਆ ਕਿ ਨਹੀਂ ਇਹ ਪੈਲੇਸਟਾਈਨ ਨਾਲੇ ਹੈਗੇ ਆ ਪੈਲੇਸਟਾਈਨ ਯਾਨੀ ਕਿ ਜਿਹੜੇ ਇੱਥੇ ਆਲਰੇਡੀ ਰਹਿੰਦੇ ਸੀ ਨਾ ਇਜ਼ਰਾਈਲ ਦੇ ਵਿੱਚ ਉਹ ਲੋਕ ਹੈਗੇ ਆ ਤਾਂ ਹੁਣ ਇਹ ਜਿਹੜੇ ਲੋਕ ਹੈਗੇ ਪੈਲੇਸਟਾਈਨ ਵਾਲੇ ਇਹ ਕਹਿੰਦੇ ਕਿ ਭਾਈ ਸਾਡੂੰ ਸਾਡੀ ਜ਼ਮੀਨ ਤਾਂ ਵਾਪਸ ਕਰੋ ਹੁਣ ਇਹਨਾਂ ਕੋਲ ਕੀ ਹੈ ਵਿਚਾਰਿਆਂ ਕੋਲ ਕੁਝ ਵੀ ਨਹੀਂ ਐ AK47 ਛੋਟੀ ਜੀ ਹੈਗੀ ਇੱਕ ਛੋਟਾ ਮੋਟਾ ਰਾਕਟ ਹੈਗਾ ਤੇ ਜਦੋਂ ਵੀ ਇਹ ਰਾਕਟ ਜਾਂ ਇਹ ਨਿਨਕੀ ਉੱਥੇ ਲੌਂਚ ਕਰਦੇ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦੇ ਉਡਾ ਦਿੰਦੇ ਉਹ ਉਹਦੇ ਵੱਡੀਆਂ ਵੱਡੀਆਂ ਮਿਸਾਈਲਾਂ ਉਡਾ ਦਿੰਦੇ ਰਾਕਟ ਕੀ ਚੀਜ਼ ਹੈਗਾ ਛੋਟਾ ਮੋਟਾ ਜ ਤੇ AK47 ਉਹਨਾਂ ਨੇ ਤਾਂ ਨਵੀਆਂ ਨਵੀਆਂ ਬੰਦੂਕਾਂ ਬਣਾ ਰਖੀਆਂ ਇਜ਼ਰਾਈਲ ਵਾਲੇ ਨੇ ਉਤੋਂ ਦੀ ਅਮਰੀਕਾ ਹੈਲਪ ਕਰਦਾ ਹੈਗਾ ਤਾਂ ਕੁੱਲ ਮਿਲਾ ਕੇ ਇਹਨਾਂ ਦੇ ਵਿਚਾਰਿਆਂ ਦੀ ਕੁਝ ਵੀ ਨਹੀਂ ਚੱਲਦੀ ਇਹ ਤਾਂ ਵਿਚਾਰੇ ਵੈਸੇ ਹੀ ਲੜੀ ਜਾਂਦੇ ਤੇ ਇੱਥੇ ਹਰ ਰੋਜ਼ ਖੂਨੀ ਲੜਾਈ ਹੁੰਦੀ ਹੈਗੀ ਹੁਣ ਕੀ ਹੈਗਾ ਦੇਖੋ ਫਾਈਨਲੀ ਇੱਥੇ ਫਾਈਨਲੀ ਕੀ ਹੋ ਗਿਆ ਇਥੇ ਸਮਝੋਤਾ ਹੋ ਗਿਆ ਸਮਝੋਤਾ ਕੀ ਹੋ ਗਿਆ ਹੁਣ ਦੇਖੋ ਜਿਹੜਾ ਯਾਨਕੀ ਇਜ਼ਰਾਈਲ ਹੈਗਾ ਇਜ਼ਰਾਈਲ ਤੇ ਯੂਏਈ ਹੈ ਤਾਂ ਇਹ ਵੀ ਅਰਬ ਕੰਟਰੀ ਯੂਏਈ ਵੀ ਠੀਕ ਹੈ ਕਿ ਨਹੀਂ ਪਿੱਛੇ ਜੇ ਸਾਊਦੀ ਅਰਬੀਆ ਵੀ ਮੰਨ ਗਿਆ ਸੀਗਾ ਹੁਣ ਯੂਏਈ ਵੀ ਮੰਨ ਗਿਆ ਇਹ ਕਹਿੰਦਾ ਕਿ ਸਾਰੀ ਗੱਲਾਂ ਛੱਡੋ ਸਮਝੋਤਾ ਕਰ ਲਓ ਠੀਕ ਹੈ ਹੁਣ ਜੇ ਸਮਝੋਤਾ ਨਹੀਂ ਕਰਾਂਗੇ ਤਾਂ ਮੰਨ ਕੇ ਚਲੋ ਆਪਣੇ ਇੱਥੇ ਲੜਾਈ ਵਧੀ ਚੱਲੂਗੀ ਤਾਂ ਐ ਮੰਨ ਕੇ ਚਲੋ ਇਹ ਹਿਸਟੋਰੀਕਲ ਐਗਰੀਮੈਂਟ ਹੀ ਹੈਗਾ ਇਹ ਕਿੰਨੇ ਸਾਲ ਹੋ ਗਏ ਲੜਦੇ ਨੂੰ ਉਹਨਾਂ ਨੂੰ ਠੀਕ ਹੈ ਕਿ ਨਹੀਂ ਤੇ ਜਿਹੜੇ ਪਲੇਸਟਿਨ ਵਾਲੇ ਹੈਗੇ ਆ ਉਹ ਵਿਚਾਰੇ ਹਜੇ ਵੀ ਲੜੀ ਜਾਂਦੇ ਉਹ ਕਹਿੰਦੇ ਸਾਡੀ ਜ਼ਮੀਨ ਨਾ ਕਿੱਥੇ ਗਈਆਂ ਠੀਕ ਹੈ ਇਹਨਾਂ ਦਾ ਛੋਟਾ ਮੋਟਾ ਜਹਾ ਅਤਕਵਾਦੀ ਗਰੁੱਪ ਹਮਾਸ ਹੋਰ ਕੁਝ ਵੀ ਹੈ ਨਹੀਂ ਕੋਈ ਇਹਨਾਂ ਕੋਲੇ ਉਸ ਤੋਂ ਬਾਅਦ ਦੇ ਵਿੱਚ ਯਾਨੀ ਕਿ ਇੱਕ ਗੱਲ ਇਹ ਵੀ ਹੈਗੀ ਹੈ ਕਿ ਹਾਂ ਵੀ ਇਜ਼ਰਾਈਲ ਜਿਹੜਾ ਹੈਗਾ ਹੁਣ ਸਹੀ ਵੀ ਨਹੀਂ ਕਰ ਰਿਹਾ ਕਾਫੀ ਜ਼ਿਆਦਾ ਖੂਨ ਖਰਾਬਾ ਕਰ ਰਿਹਾ ਹੈ ਇਜ਼ਰਾਈਲ ਠੀਕ ਹੈ ਕੁਐਸਚਨ ਬਹੁਤ ਆਉਂਦੇ ਇੱਥੋਂ ਦੇ ਹੁਣ ਕੁਐਸਚਨ ਕੀ ਕੁਝ ਆਉਂਦੇ ਆ ਸਭ ਤੋਂ ਪਹਿਲੀ ਗੱਲ ਇਜ਼ਰਾਈਲ ਦੀ ਰਾਜਧਾਨੀ ਕੀ ਹੈ ਜਰੂਸਲੇਮ ਬੜਾ ਮਸ਼ਹੂਰ ਕੁਐਸਚਨ ਹੈ ਤੁਸੀਂ ਆਪ ਹਸਾਬ ਤਾਂ ਲਗਾ ਕੇ ਦੇਖੋ ਠੀਕ ਹੈ ਕਿ ਨਹੀਂ ਯਹੂਦੀਆਂ ਦਾ ਯਾਨੀ ਕਿ ਗੋਡ ਇੱਥੇ ਰਹਿੰਦਾ ਸੀਗਾ ਜੀਸੂ ਮਸੀਹ ਯਾਨੀ ਕਿ ਉਹ ਵੀ ਉਹਨਾਂ ਦਾ ਜਨਮ ਇੱਥੇ ਹੋਇਆ ਪ੍ਰੋਫਿਟ ਮੁਹੰਮਦ ਉਹ ਯਾਨੀ ਕਿ ਇੱਥੋਂ ਦੇ ਸੀਗੇ ਯਾਨੀ ਕਿ ਤਿੰਨ ਗੋਡ ਦੀ ਧਰਤੀ ਹੋ ਗਈ ਤੇ ਉਸ ਤੋਂ ਬਾਅਦ ਵਿੱਚ ਪਿਛਲੇ 2000 ਸਾਲਾਂ ਦਾ ਇਹ ਰੌਲਾ ਹੈਗਾ ਹੁਣ ਇਸ ਤੋਂ ਵੀ ਨਾ ਕੁਐਸਚਨ ਆਊਗਾ ਠੀਕ ਹੈ ਕਿ ਨਹੀਂ ਇਹ ਬਹੁਤ ਮੋਸਟ ਇੰਪੋਰਟੈਂਟ ਹੈ ਯਾਨੀ ਠੀਕ ਹੈ ਕਿ ਨਹੀਂ ਪਤਾ ਲੱਗ ਗਿਆ ਤੁਹਾਨੂੰ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਕਿ ਹਾਂ ਵੀ ਹੁਣੇ ਉਹਨੇ ਰੀਸੈਂਟਲੀ ਇਜ਼ਰਾਈਲ ਟਿਕਰੇ ਦੇ ਦੇਸ਼ ਦੇ ਵਿੱਚ ਡੀਲ ਹੋਈ ਹੈਗੀ ਆ ਹਿਸਟੋਰੀਕਲ ਡੀਲ ਹੋਈ ਹੈ ਤਾਂ ਉਹ ਯੂਏਈ ਠੀਕ ਹੈ ਕਿ ਨਹੀਂ ਇਹ ਇਸ ਦੇ ਪਿੱਛੇ ਦੀ ਕਹਾਣੀ ਆ ਹਾਂਜੀ ਅਗਲੀ ਖਬਰ ਦੇਖੀਏ ਰਸ਼ੀਆ ਕਿਕਸ ਆਫ ਕੈਸਪੀਅਨ ਵਾਰ ਹੁਣ ਕੈਸਪੀਅਨ ਵਾਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਥੋੜਾ ਜਿਹਾ ਅਪ ਹੋਰ ਦੇਖ ਲੈਣੇ ਆ ਹੁਣ ਇਹਦਾ ਸੀ ਮਿਡਲ ਲਿਸਟ ਤੁਹਾਨੂੰ ਮੈਂ ਦੱਸਦਾ ਹਾਂਗਾ ਸੈਂਟਰਲ ਏਸ਼ੀਆ ਆਖ ਸੀਗਾ ਬਾਲੀਅਰ ਕੀ ਲੈ ਗਏ ਹਾਂਜੀ ਇੱਕ ਕੈਸਪੀਅਨ ਸੀ ਹੈ ਵੈਸੇ ਤਾਂ ਕੋਈ ਸੀ ਹੈ ਨਹੀਂ ਇਹ ਝੀਲ ਹੈਗੀ ਹੈ ਲੇਕ ਹੈ ਪਰ ਇਸ ਨੂੰ ਸੀ ਕਹਿੰਦੇ ਆ ਫਰਸਟ ਕੁਐਸਚਨ ਕੀ ਆ ਸਕਦਾ ਤੁਹਾਨੂੰ ਕਿਹੜੇ ਕਿਹੜੇ ਦੇਸ਼ਾਂ ਨਾਲ ਇਹਦੀ ਬਾਉਂਡਰੀ ਲੱਗਦੀ ਹੈ ਕਿਉਂਕਿ ਨਿਊਜ਼ ਦੇ ਵਿੱਚ ਹੈ ਨਾ ਹੁਣ ਨਿਊਜ਼ ਦੇ ਵਿੱਚ ਕਿਉਂ ਹੈ ਇਹ ਤੁਹਾਨੂੰ ਪਤਾ ਹੋਊਗਾ ਕਿ ਹਾਂ ਵੀ ਮੈਂ ਪਿੱਛੇ ਜੀ ਖਬਰ ਦੱਸੀ ਤੁਹਾਨੂੰ ਅਜ਼ਰਬਾਈਜਾਨ ਤੇ ਆਰਮੇਨੀਆ ਦੀ ਚੱਲੀ ਜਾਂਦੀ ਹੈ ਲੜਾਈ ਠੀਕ ਹੈ ਹੁਣ ਇਹਨਾਂ ਦੋਵਾਂ ਦੀ ਲੜਾਈ ਚੱਲੀ ਜਾਂਦੀ ਕਿਉਂ ਕਿ ਆਰਮੇਨੀਆ ਦੇ ਵਿੱਚ ਥੋੜਾ ਜਿਹਾ ਕਾਰਾਬੋਗ ਇਲਾਕਾ ਹੈਗਾ ਨਾਗੋਰਾ ਨਾ ਏਨੀ ਕਿ ਜਿਹੜਾ ਇਲਾਕਾ ਹੈਗਾ ਉਹ ਯਾਨੀ ਕਿ ਕਿਹਦੇ ਕੋਲ ਅਰਮੀਨੀਆ ਕੋਲ ਆ ਤੇ ਉਸ ਤੋਂ ਬਾਅਦ ਦੇ ਵਿੱਚ ਅਜ਼ਰਬਾਈਜਾਨ ਕਹਿੰਦਾ ਕਿ ਭਾਈ ਸਾਨੂੰ ਉਹ ਇਲਾਕਾ ਵਾਪਸ ਚਾਹੀਦਾ ਕਿਵੇਂ ਵੀ ਕਰਕੇ ਇਹਦੀ ਜਿਹੜੀ ਰਾਜਧਾਨੀ ਹੈਗੀ ਉਹ ਕੀ ਹੈਗੀ ਬਾਕੂ ਹੈਗੀ ਆ ਠੀਕ ਹੈ ਕਿ ਨਹੀਂ ਤੇ ਇਹਦੀ ਜਿਹੜੀ ਯਾਦ ਰਾਜਧਾਨੀ ਹੈਗੀ ਉਹ ਯਰਵਾਨ ਹੈਗੀ ਆ ਓਕੇ ਕੋਈ ਰਾਜਧਾਨੀ ਇਹ ਵੀ ਪੁੱਛ ਸਕਦੇ ਸੋਡੇ ਤੋਂ ਤਾਂ ਹੋਇਆ ਕੀ ਹੈਗਾ ਅਜ਼ਰਬਾਈਜਾਨ ਦੀ ਮਹੈਲਪ ਦੇ ਲਈ ਮੈਂ ਤੁਹਾਨੂੰ ਦੱਸਿਆ ਸੀਗਾ ਕੌਣ ਆ ਗਿਆ ਤੁਰਕੀ ਵੀ ਆ ਗਿਆ ਉਦੋਂ ਦੇ ਪਾਕਿਸਤਾਨੀ ਵੀ ਆਪਦੀ ਆਰਮੀ ਭੇਜ ਰੱਖੀ ਹੈ ਸਪੋਰਟ ਬੜੀ ਤਗੜੀ ਹੈ ਇਹਨਾਂ ਨੂੰ ਉਦੋਂ ਬਣ ਕੇ ਅਰਮੀਨੀਆ ਦੇ ਨਾਲ ਵਿਚਾਰੇ ਨਾਲ ਕੌਣ ਖੜਿਆ ਹੈਗਾ ਉਹਦੇ ਨਾਲ ਖੜਿਆ ਹੈਗਾ ਰਸ਼ੀਆ ਠੀਕ ਹੈ ਕਿ ਨਹੀਂ armenia ਦੇ ਨਾਲ ਰਸ਼ੀਆ ਖੜਿਆ ਹੈਗਾ ਓਕੇ ਤੇ ਹੋਰ ਦੇਖੋ ਇੱਥੇ ਯਾਨੀ ਕਿ ਮੈਂ ਤੁਹਾਨੂੰ ਇੱਕ ਮਾਊਂਟੇਨ ਵੀ ਦੱਸਿਆ ਸੀ ਜਿਹੜੇ ਪੈਂਦੇ ਹੈਗੇ ਇੱਥੇ ਕਾਕਕਸਸ ਮਾਊਂਟੇਨ ਪੈਂਦੇ ਹੈਗੇ ਕਾਕਕਸਸ ਠੀਕ ਹੈ ਕਿ ਨਹੀਂ ਮਾਊਂਟੇਨ ਪੈਂਦੇ ਹੈਗੇ ਇਹਨਾਂ ਕਾਕਕਸਸ ਮਾਊਂਟੇਨ ਦੇ ਵਿੱਚ ਮਾਊਂਟ ਐਲਬਰੂਜ਼ ਜਿਹੜੀ ਹੈਗੀ ਆ ਉਹ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈਗੀ ਇਸ ਦੀ ਠੀਕ ਹੈ ਸਭ ਤੋਂ ਹਾਈਟ ਸਭ ਤੋਂ ਜ਼ਿਆਦਾ ਮੰਨੀ ਕੀ ਜਾਂਦੀ ਹੈਗੀ ਹੋਈ ਆ ਠੀਕ ਹੈ ਹੁਣ ਇਹ ਇਸ ਦੇ ਵਿੱਚ ਯਾਨੀ ਕਿ ਰਸ਼ੀਆ ਥੋੜੀ ਜੀ ਯਾਨੀ ਕਿ ਉਹ ਕਰ ਰਿਹਾ ਹੈਗਾ ਯਾਨੀ ਕਿ ਨੇਵੀ ਐਕਸਰਸਾਈਜ਼ ਕਰ ਰਿਹਾ ਤਾਂ ਇਹਦੇ ਉੱਤੇ ਥੋੜਾ ਜਿਹਾ ਇਸ਼ੂ ਬਣਿਆ ਪਿਆ ਹੈਗਾ। ਉਹ ਆਦਰਵਾਇਜ਼ ਰਸ਼ੀਆ ਕੀ ਅੰਦਰ ਸਾਡਾ ਯਾਨੀ ਕਿ ਆਰਮੇਨੀਆ ਅਸੀਂ ਵਿੱਚ ਨਹੀਂ ਪੈਂਦੇ ਬੰਦੇ ਤੁਸੀਂ ਆਪੇ ਨਿਬੇੜੋ ਠੀਕ ਹੈ। ਤਾਂ ਹੁਣ ਇਹ ਜਿਹੜੀ ਹੈਗੀ ਐ ਇਸੇ ਕਰਕੇ ਨਿਊਜ਼ ਬਣੀ ਹੋਈ ਹੈ। ਹੁਣ ਇਸ ਤੋਂ ਕਾਫੀ ਕੁਐਸਚਨ ਬਣ ਸਕਦੇ ਆ। ਕੁਐਸਚਨ ਕੀ ਕੁਝ ਬਣ ਸਕਦੇ ਆ? ਆਰਮੇਨੀਆ ਦੀ ਕੈਪੀਟਲ ਪੁੱਛ ਸਕਦੇ ਆ, ਅਜ਼ਰਬਾਈਜਾਨ ਦੀ ਕੈਪੀਟਲ ਪੁੱਛ ਸਕਦੇ ਆ, ਕੈਸਪੀਅਨ ਸੀ ਦੇ ਨਾਲ ਕਿਹੜੇ-ਕਿਹੜੇ ਕੰਟਰੀ ਲੱਗਦੇ ਆ ਉਹਦੇ ਉਹਦੇ ਬਾਰੇ ਪੁੱਛ ਸਕਦੇ ਹੈਗੇ ਆ। ਠੀਕ ਇਹਦਾ ਇਲਾਕਾ ਜਿਹੜਾ ਸੀਗਾ ਨਿਊਜ਼ ਦੇ ਵਿੱਚ ਕਿਹੜੇ ਇਲਾਕੇ ਲੈ ਕੇ ਲੜਾਈ ਚੱਲ ਰਹੀ ਹੈਗੀ ਆ ਕਾਫੀ ਕੁਐਸਚਨ ਇਸ ਤੋਂ ਬਣ ਸਕਦੇ ਹੈਗੇ ਕੁਐਸਚਨ ਦੀ ਤਾਂ ਲਿਸਟ ਬਣ ਜੂਗੀ ਇਹ ਮੰਨ ਕੇ ਚੱਲੋ ਠੀਕ ਆ ਅਗਲੀ ਖਬਰ ਦੇਖਦੇ ਆਪਾਂ ਹਾਂਜੀ ਤੁਹਾਨੂੰ ਮੈਂ ਦੱਸੇ ਸੀਗਾ ਕਿ ਕਿਰਗਿਸਤਾਨ ਕਿਰਗਿਸਤਾਨ ਦੇ ਵਿੱਚ ਯਾਨੀ ਕਿ ਜਿਹੜਾ ਪ੍ਰੈਜ਼ੀਡੈਂਟ ਸੀਗਾ ਉਸਨੇ ਕੀ ਕਰਤਾ ਰੈਜ਼ੀਗਨੇਸ਼ਨ ਪਾ ਦਿੱਤਾ ਸੀਗਾ ਤਾਂ ਇਹਦਾ ਜਿਹੜਾ ਪ੍ਰਧਾਨ ਮੰਤਰੀ ਸੀਗਾ ਉਹੀ ਐਸੇ ਐਕਟਿੰਗ ਪ੍ਰੈਜ਼ੀਡੈਂਟ ਬਣ ਗਿਆ ਸਾਦਰ ਜੱਪਾ ਰੋ ਜਬਾ ਰੋ ਠੀਕ ਹੈ ਕਿ ਨਹੀਂ ਇਹ ਦੋ ਇੱਕ ਰਿਗਿਸਤਾਨ ਦਾ ਇੱਕ ਐਕਟਿੰਗ ਪ੍ਰੈਜ਼ੀਡੈਂਟ ਬਣ ਚੁੱਕਾ ਹੈਗਾ ਵੈਸੇ ਜਿਹੜਾ ਸਪੀਕਰ ਆ ਉਹਨੇ ਯਾਨਕੀ ਪ੍ਰੈਜ਼ੀਡੈਂਟ ਦੀ ਜੌਬ ਲੈਣ ਤੋਂ ਮਨਾ ਕਰ ਦਿੱਤਾ ਠੀਕ ਹੈ ਤਾਂ ਤਾਂ ਕਰਕੇ ਇਹ ਬਣਿਆ ਹੈਗਾ ਹਾਂਜੀ ਇੱਕ ਅਗਲੀ ਖਬਰ ਜਾਣਦੇ ਆਪਾਂ ਅਗਲੀ ਕੀ ਖਬਰ ਹੈ ਅਗਲੀ ਖਬਰ ਹੈਗੀ ਪੈਰਿਸ ਨੂੰ ਲੈ ਕੇ ਯਾਨਕੀ ਪੈਰਿਸ ਦੇ ਵਿੱਚ ਕੀ ਹੋਇਆ ਅਟੈਕ ਹੋ ਗਿਆ ਅਟੈਕ ਕੀ ਹੋਇਆ ਇੱਕ ਟੀਚਰ ਸੀਗਾ ਟੀਚਰ ਦਾ ਨੂੰ ਬੀ ਹੈਡਡ ਕਰ ਦਿੱਤਾ ਠੀਕ ਹੈ ਬੀ ਹੈਦਰ ਯਾਨੀ ਕਿ ਉਹ ਗੱਲ ਵੜ ਦਿੱਤਾ ਐਕਚੁਅਲੀ ਇਹ ਕਹਾਣੀ ਕੀ ਹੈਗੇ ਗੱਲ ਵੜਨ ਦੀ ਯਾਨੀ ਕਿ ਇਸ ਨੂੰ ਮਾਰਿਆ ਕਿਵੇਂ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਪੂਰੇ ਪੂਰੇ ਪੈਰਿਸ ਦੇ ਵਿੱਚ ਲੋਕ ਇਕੱਠੇ ਹੋ ਗਏ ਤੇ ਉਹ ਕੀ ਕਹਿੰਦੇ ਹੈਗੇ ਆ ਵੀ ਅਸੀਂ ਪੈਰਿਸ ਆ ਅਸੀਂ ਫਰਾਂਸ ਵਾਲੇ ਆ ਅਸੀਂ ਝੁਕਦੇ ਨਹੀਂਗੇ ਹੁਣ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਤਾਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਵਾਂ ਯਾਨੀ ਕਿ ਦੇਖੋ ਪਹਿਲਾਂ ਇਹਦਾ ਮਰਡਰ ਕੀਤਾ ਗਿਆ ਇਹ ਬੰਦੇ ਦਾ ਟੀਚਰ ਦਾ ਇਹਦੇ ਜਿਹੜੇ ਫਾਦਰ ਨੂੰ ਵੀ ਥੋੜਾ ਪਰੇਸ਼ਾਨ ਕੀਤਾ ਗਿਆ ਗੱਲ ਵੜ ਕਿੱਥੇ ਸੁੱਟ ਦਿੱਤਾ ਗਿਆ ਠੀਕ ਹੈ ਕਿ ਨਹੀਂ ਤੇ ਆ ਦੇਖੋ ਰੈਡੀਕਲ ਇਸਲਾਮਿਕ ਟੈਰਰਿਸਟ ਠੀਕ ਹੈ ਕਟੜ ਇਹ ਯਾਨਕਿ ਇਸਲਾਮਿਕ ਹੈਗੇ ਨਾ ਉਹਨਾਂ ਨੇ ਉਹਨੂੰ ਗਲਵੜ ਦਿੱਤਾ ਪੈਰਿਸ ਦੇ ਵਿੱਚ ਹੁਣ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਮੈਂ ਤੁਹਾਨੂੰ ਦੱਸਾਂ ਓਕੇ ਪਹਿਲਾਂ ਤਾਂ ਦੇਖੋ ਇਹਦੇ ਪਿੱਛੇ ਦੀ ਕਹਾਣੀ ਆ ਚਾਰਲੀ ਹੈਵਦੋ ਮੈਗਜ਼ੀਨ ਠੀਕ ਹੈ ਚਾਰਲੀ ਹੈਵਦੋ ਇੱਕ ਦੱਸਣ ਤੋਂ ਪਹਿਲਾਂ ਐਕਚੁਅਲੀ ਇੱਥੇ ਨਾ ਜਿਹੜਾ ਫਰਾਂਸ ਹੈ ਨਾ ਫਰਾਂਸ ਐਕਚੁਅਲੀ ਸਭ ਤੋਂ ਪਹਿਲਾਂ ਕ੍ਰਾਂਤੀ ਇੱਥੇ ਹੋਈ ਸੀ ਫ੍ਰੈਂਚ ਰਿਵੋਲੂਸ਼ਨ ਤੇ ਯਾਨੀ ਕਿ ਲਿਬਰਟੀ ਆਜ਼ਾਦੀ ਉਜੂਦੀ ਦੀ ਗੱਲਾਂ ਤਾਂ ਅੱਜ ਤੋਂ ਇੱਥੇ 200 ਸਾਲ ਪਹਿਲਾਂ ਹੀ ਚੱਲ ਪਈਆਂ ਸੀ ਠੀਕ ਹੈ ਕਿ ਨਹੀਂ ਇਹ ਤਾਂ ਲੋਕ ਬਹੁਤ ਪੁਰਾਣੇ ਹੈਗੇ ਆ ਕ੍ਰਾਂਤੀ ਕ੍ਰਾਂਤੀ ਵਾਸਤੇ ਤਾਂ ਚਾਰਲੀ ਹੈਪਦੂ ਦੀ ਕਹਾਣੀ ਦੱਸਦਾ 1960 ਦੇ ਵੇਲੇ ਦੇ ਵਿੱਚ ਇੱਕ ਮੈਗਜ਼ੀਨ ਬਣੀ ਉਹਦਾ ਨਾਮ ਸੀ ਹਾਰਾ ਕਿਰੀ ਹੈਪਦੂ ਠੀਕ ਹੈ ਜਿਹੜੀ ਹਾਰਾ ਕਿਰੀ ਹੈਪਦੂ ਸੀਗੀ ਉਹਦੇ ਉੱਤੇ ਯਾਨੀ ਕਿ 1970 ਦੇ ਵਿੱਚ ਬੈਨ ਵੀ ਕਰ ਦਿੱਤਾ ਗਿਆ ਹਾਰਾ ਕਿਰੀ ਹੈਪਦੂ ਦੇ ਉੱਤੇ ਬੈਨ ਕਿਉਂ ਕੀਤਾ ਗਿਆ ਐਕਚੁਅਲੀ ਵੀ ਇਹ ਜਿਹੜੀ ਹਾਰਾ ਕਿਰੀ ਹੈਪਦੂ ਸੀਗੀ ਇਹਨੇ ਕੀਤਾ ਜਿਹੜਾ ਪ੍ਰੈਜ਼ੀਡੈਂਟ ਸੀ ਉਹਦੀ ਡੈਥ ਹੋ ਗਈ ਉਹਦੇ ਵਾਸਤੇ ਲੋਕਾਂ ਨੇ ਇਕੱਠੇ ਹੋ ਕੇ ਬਾਲਾ ਕੁਝ ਕੀਤਾ ਤਾਂ ਇਹਨੇ ਯਾਨੀ ਕਿ ਦੱਸਿਆ ਕਿ ਹਾਂ ਵੀ ਲੈ ਪ੍ਰੈਜ਼ੀਡੈਂਟ ਦੀ ਡੈਥ ਹੋ ਗਈ ਇੱਕੋ ਹੀ ਬੰਦਾ ਮਰਿਆ ਯਾਨੀ ਕਿ ਦੱਸਣਾ ਚਾਹੁੰਦੇ ਸੀ ਕੋਈ ਹੋਰ ਤਾਂ ਮਰਿਆ ਹੀ ਨਹੀਂ ਦੂਜੀ ਗੱਲ ਇਹਨੇ ਕੀ ਆਖਿਆ ਹਾਰਾ ਕੀ ਦੀ ਹੈਬਦੋ ਨੇ ਵੀ ਇੱਕ ਨਾ ਇਨਸੀਡੈਂਟ ਹੋਇਆ ਸੀ ਅੱਗ ਲੱਗ ਗਈ ਸੀ ਉਸ ਦਾ ਵੀ ਉੱਤੇ ਕਾਰਟੂਨ ਬਣਾ ਕੇ ਨੇ ਪੇਸ਼ ਕਰ ਦਿੱਤਾ ਇਵਨ ਉਹਦੇ ਉੱਤੇ ਮਜ਼ਾਕ ਉਡਾਇਆ ਗਿਆ ਤਾਂ 1970 ਦੇ ਉੱਤੇ ਇਹਨੂੰ ਬੈਨ ਕਰ ਦਿੱਤਾ ਗਿਆ ਪਤੰਦਰ ਦੇ ਫਿਰ ਵੀ ਨਹੀਂ ਟਲੇ ਦੇਖੋ ਇਹਨਾਂ ਨੇ ਪਹਿਲਾਂ ਹਾਰਾ ਕੀ ਦੀ ਹੈਬਦੋ ਸੀ ਇਸ ਨੇ ਨਾਮ ਚੇਂਜ ਕਰ ਲਿਆ ਤੇ ਨਾਮ ਕੀ ਕਰ ਲਿਆ ਚਾਰਨੀ ਹੈਬਦੋ ਨਾਮ ਕਰ ਲਿਆ ਇਸਨੇ ਤੇ ਉਦੋਂ ਬਾਅਦ ਦੇ ਵਿੱਚ ਜਦੋਂ ਚਾਰਲੀ ਹੈਬ ਤੋਂ ਕਰ ਲਿਆ ਇਸ ਨੇ ਨਾਮ ਤਾਂ ਯਾਨਕੀ ਇਹ ਉਦਮ ਉਦਮ ਕੇ ਕੰਮ ਕਰਦੇ ਰਹੇ 1970 ਤੋਂ ਬਾਅਦ ਬਟ 1981 ਦੇ ਵਿੱਚ ਜਾ ਕੇ ਨਾ ਇਹਨਾਂ ਦਾ ਇਹਨਾਂ ਇਨਕਮ ਘਟ ਗਈ ਯਾਨਕੀ ਪੈਸੇ ਪੂਸੇ ਇਹਨਾਂ ਨੂੰ ਬੰਦ ਹੀ ਨਹੀਂ ਸੀਗੇ ਜਿਹਦੇ ਕਰਕੇ 1981 ਦੇ ਵਿੱਚ ਵਿਚ ਵਿਚਾਰੇ ਨੇ ਆਪ ਆਪ ਹੀ ਇਹਨਾਂ ਨੇ ਯਾਨਕੀ ਅੱਕ ਕੇ ਬੰਦ ਕਰ ਦਿੱਤੀ ਤਾਂ 2000 ਯਾਨਕੀ 1993 93 ਦੇ ਵਿੱਚ ਜਾ ਕੇ ਇਹਨਾਂ ਨੇ ਦੁਬਾਰਾ ਸ਼ੁਰੂ ਕੀਤੀ ਚਾਰਲੀ ਹੈਬ ਤੋਂ ਤੇ 2015 ਦੇ ਵਿੱਚ ਇਹ ਇੱਕਦਮ ਹਾਈਲਾਈਟਡ ਹੋਈ ਹੁਣ ਐ ਹੈ ਨਹੀਂ ਉੱਥੇ ਇੱਕੋ ਹੀ ਮੈਗਜ਼ੀਨ ਬਥੇਰੀ ਮੈਗਜ਼ੀਨਾਂ ਹੁਣ 2015 ਦੇ ਵਿੱਚ ਇੱਕ ਰਮ ਹਾਈਲਾਈਟਡ ਹੋਈ ਉਹ ਕਿਉਂ ਹੋਈ ਕਿਉਂਕਿ ਇਹਨਾਂ ਨੇ ਪ੍ਰੋਫਿਟ ਮੁਹੰਮਦ ਜਿਹੜਾ ਯਾਨੀ ਕਿ ਮੁਸਲਮਾਨਾਂ ਦਾ ਗੋਡ ਹੈ ਪੈਗੰਬਰ ਹੈ ਉਹਦਾ ਕਾਰਟੂਨ ਬਣਾ ਕੇ ਇਹਨਾਂ ਨੇ ਪੇਸ਼ ਕੀਤਾ ਬੜੇ ਖਤਰਨਾਕ ਕਾਰਟੂਨ ਬਣਾਉਂਦੇ ਇਹ ਕਰ ਟਾਲਦੇ ਆ ਠੀਕ ਆ ਕਿ ਨਹੀਂ ਉਸ ਦਮਣ ਕਿ ਜਦੋਂ ਇਹਨਾਂ ਨੇ ਪ੍ਰੋਫਿਟ ਮੁਹੰਮਦ ਦਾ ਕਾਰਟੂਨ ਬਣਾ ਕੇ ਪੇਸ਼ ਕੀਤਾ ਤਾਂ ਉਸ ਦਮਣ ਕਿ ਜਿੰਨੇ ਵੀ ਮੁਸਲਮਾਨ ਕੰਟਰੀ ਚੋਂ ਪੜਕ ਗਏ ਉਹ ਕਹਿੰਦੇ ਕਿ ਤੁਸੀਂ ਇਹਨਾਂ ਨੂੰ ਹਟਾਓ ਨਹੀਂ ਤਾਂ ਅਸੀਂ ਮਾਰ ਦੇਣੀ ਇਹ ਤਾਂ ਜਦੋਂ ਢੜਕ ਗਏ ਉਹਨਾਂ ਨੇ ਫਿਰ ਹੋਰ ਛਾਪੇ ਉਹਦਾ ਯਾਨੀ ਕਿ ਹੋਰ ਛਾਪਾ ਛਾਪਣਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੇ ਕੋਈ ਮੈਗਜ਼ੀਨ ਇੱਕ ਯਾਨੀ ਕਿ ਫੋਟੋ ਵੀ ਲਗਾਈ ਕਿ ਨਾ ਜੇ ਤੁਸੀਂ ਬੰਦੂਕ ਦੀ ਨੋਕ ਦੇ ਉੱਤੇ ਡਰਾਉਂਦੇ ਅਸੀਂ ਕਲਮ ਦੀ ਨੋਕ ਦੇ ਉੱਤੇ ਸੋਨੂੰ ਯਾਨੀ ਕਿ ਦੱਸਾਂਗੇ ਤਾਂ ਉਦੋਂ ਮੜ ਕੇ ਇੱਕ ਟੈਰਰਿਸਟ ਆਰਗੇਨਾਈਜੇਸ਼ਨ ਨੇ ਕੀ ਕੀਤਾ ਇਹ ਚਾਰ ਯਾਨੀ ਕਿ ਚਾਰਲੀ ਹੈਫਟੂ ਦੇ ਬਾਹਰ ਲੋਕਾਂ ਨੂੰ ਮਾਰ ਦਿੱਤਾ ਬੜਾ ਦਰਦਨਾਕ ਘਟਨਾ ਹੋਈ ਸੀਗੀ ਫਰਾਂਸ ਦੇ ਵਿੱਚ 2015 ਦੇ ਵਿੱਚ ਤਾਂ ਹੁਣ ਕੀ ਹੋਇਆ ਦੇਖੋ 2020 ਦੇ ਵਿੱਚ ਜਾ ਕੇ ਫਿਰ ਇਹਨਾਂ ਨੇ ਇੱਕ ਕਾਰਟੂਨ ਛਾਪਿਆ ਉਦੋਂ ਮਿੰਟ ਕੇ ਫੇਰ ਯਾਨੀ ਕਿ ਮੁਸਲਮਾਨ ਪੜ ਕੇ ਉਹ ਕਹਿੰਦਾ ਤੁਸੀਂ ਫੇਰ ਸਾਡੇ ਯਾਨੀ ਕਿ ਗੋਡ ਪੈਗੰਬਰ ਦੇ ਉੱਤੇ ਛਾਪੀ ਜਾਂਦੇ ਹੋ ਉਹ ਕਹਿੰਦਾ ਤੁਸੀਂ ਕਿਵੇਂ ਮਰਜ਼ੀ ਲੋ ਅਸੀਂ ਤਾਂ ਕਿਸੇ ਤੋਂ ਨੂੰ ਨਹੀਂ ਛੱਡਦੇ ਕਿਸੇ ਪ੍ਰਾਈਮ ਮਿਨਿਸਟਰ ਕਿਸੇ ਪ੍ਰੈਜ਼ੀਡੈਂਟ ਨੂੰ ਨਹੀਂ ਛੱਡਦੇ ਉਦੋਂ ਬਾਅਦ ਵਿੱਚ ਕੀ ਹੋਇਆ ਇੱਕ ਟੀਚਰ ਨੂੰ ਗਲਵੱਟ ਕੇ ਛੁੱਟ ਦਿੱਤਾ ਇਹਨਾਂ ਨੇ ਤਾਂ ਜਦੋਂ ਇੱਕ ਟੀਚਰ ਨੂੰ ਗਲਵੱਟ ਕੇ ਛੁੱਟ ਦਿੱਤਾ ਤਾਂ ਉਦੋਂ ਬਾਅਦ ਵਿੱਚ ਕੀ ਹੋ ਗਿਆ ਪੂਰੇ ਪੂਰੇ ਫਰਾਂਸ ਦੇ ਵਿੱਚ ਜਿਹੜੇ ਲੋਕ ਹੈਗੇ ਇਕੱਠੇ ਹੋ ਗਏ ਤੇ ਉਹ ਪਤਾ ਕੀ ਜਾਂਦੇ ਆ ਕਹਿੰਦਾ ਸੀ ਫ੍ਰਾਂਸੀ ਹੈਗੇ ਫ੍ਰਾਂਸੀ ਅਸੀਂ ਨਹੀਂ ਡਰਦੇ ਡਰਦੇ ਅਸੀਂ ਫੇਰ ਹੋਰ ਛਾਪਾਂਗੇ ਹੁਣ ਕੀ ਕਹਿੰਦੇ ਅਸੀਂ ਕਹਿੰਦੇ ਹੋਰ ਫੇਰ ਛਾਪਾਂਗੇ ਠੀਕ ਰਖਣੀ ਪਰ ਅਸੀਂ ਰੁਕ ਦੇਣਗੇ ਇਹ ਆ ਯਾਨੀ ਕਿ ਫ੍ਰਾਂਸ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਪਿੱਛੇ ਜੀ ਠੀਕ ਹੈ ਹੁਣ ਇਸ ਤੋਂ ਰਿਲੇਟਡ ਸਾਨੂੰ ਕੁਐਸਚਨ ਕੀ ਪੈ ਸਕਦਾ ਸਾਰੇ ਸਾਰੇ ਜਿਹੜੇ ਕੁਐਸਚਨ ਚਾਰਦੇ ਹੈ ਬਤੂ ਤੋਂ ਆਉਣਗੇ ਜਿਹਾ ਇਹ ਵੀ ਤਾਂ ਇਹ ਨਿਊਜ਼ ਦੇ ਵਿੱਚ ਫੇਰ ਆ ਗਈ 2015 ਦੇ ਜੋ ਜਦੋਂ ਨਿਊਜ਼ ਦੇ ਵਿੱਚ ਆਈ ਸੀ ਹਰੇਕ ਪੇਪਰ ਤੇ ਵਿੱਚ ਇਸ ਦਾ ਕੁਐਸਚਨ ਸੀਗਾ ਹੀ ਸੀਗਾ ਠੀਕ ਹੈ ਕਿ ਨਹੀਂ ਅੱਗੇ ਦੇਖਦੇ ਆਪਾਂ ਹਾਂਜੀ ਅੱਗੇ ਦੇਖੋ ਅੱਗੇ ਛੋਟੀ ਜੀ ਜਾਨਕੀ ਆਪਾਂ ਪਹਿਲਾਂ ਵੀ ਖਬਰ ਕਰਕੇ ਹਟੇ ਆ ਵੀ ਦੇਖੋ ਥਾਈਲੈਂਡ ਦੇ ਵਿੱਚ ਪ੍ਰੋਟੈਸਟ ਚੱਲੀ ਜਾਂਦਾ ਹੈ ਤੁਹਾਨੂੰ ਪਤਾ ਹੀ ਹੈਗਾ ਕਿ ਕਿੰਗ ਨੂੰ ਲੈ ਕੇ ਉੱਥੇ ਕੀ ਹੈਗਾ ਪ੍ਰੋਟੈਸਟ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਕਿੰਗ ਨੂੰ ਲੈ ਕੇ ਪ੍ਰੋਟੈਸਟ ਹੈ ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਥੇ ਕਾਫੀ ਜ਼ਿਆਦਾ ਯਾਨਕੀ ਪ੍ਰੋਬਲਮ ਹੋਈ ਪਈ ਹੈ ਕਿੰਗ ਨੂੰ ਲੈ ਕੇ ਤਾਂ ਇਹ ਤਾਂ ਮੈਂ ਤੁਹਾਨੂੰ ਖਬਰ ਦੱਸੀ ਹੋਈ ਸੀਗੀ ਹੁਣ ਥੋੜੇ ਹੋਰ ਫੈਕਟ ਦੱਸ ਦਵਾਂ ਇੱਕ ਨਾ ਇੱਥੇ ਕਰਾ ਕਰਾ ਕੇ ਨਾਲ ਨੂੰ ਲੈ ਕੇ ਯਾਨਕੀ ਉਹ ਹੈਗਾ ਕਰਾ ਕਰਾ ਕੇ ਨਾਲ ਹੈਗੀ ਆ ਇਹ ਚਾਈਨਾ ਦੇ ਨਾਲ ਪ੍ਰੋਜੈਕਟ ਸੀ ਦਾ థਾਈਲੈਂਡ ਵਾਲਿਆਂ ਨੇ ਇਸ ਨੂੰ ਕੈਨਸਲ ਕਰ ਦਿੱਤਾ ਠੀਕ ਆ ਕਿ ਨਹੀਂ ਉਸ ਤੋਂ ਬਾਅਦ ਵਿੱਚ ਹੋਰ ਕੀ ਹੈਗਾ ਇੱਥੇ ਇੱਥੇ ਮਿਲਦੇ ਆ ਚਿੱਟੇ ਹਾਥੀ ਮਿਲਦੇ ਆ ਗਿਆ ਸਫੇਦ ਐਲੀਫੈਂਟ ਠੀਕ ਆ ਕਿ ਨਹੀਂ ਤਾਂ ਬਸ ਇਹਦੇ ਦੋ ਯਾਨੀ ਕਿ ਖਬਰਾਂ ਤੁਹਾਨੂੰ ਹੋਰ ਦੱਸ ਦਿੱਤੀਆਂ ਇਸ ਦੀ ਕਰੰਟ ਨਿਊਜ਼ ਦੇ ਵਿੱਚ ਹੀ ਤਾਂ ਅੱਜ ਦੇ ਲਈ ਬਸ ਇੰਨਾ ਹੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਅਗਲੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਫੇਰ ਅਗਲੀਆਂ ਖਬਰਾਂ ਦੱਸੂਗਾ ਠੀਕ ਹੈ ਓਕੇ